ਗੱਲੀ ਦਾ ਕੋਈ ਫਾਇਦਾ ਨਹੀਂ। ਹਾਂ ਰੋਟੀਆਂ ਭੰਨੀ ਕੋਈ ਉਹਦਾ ਲਾਭ ਨਹੀਂ। ਵੀ ਕੀਤਾ ਕੀ ਉਮਰ ਉਹ ਆ ਬਾਜੀ ਕੋਈ ਕਿਸੇ ਵਾਸਤੇ ਸੋਚ ਆ। ਹਾਂ ਜੇ ਸੋਚ ਨੂੰ ਨਹੀਂ ਕਿਸੇ ਦੀ ਨੂੰ ਸਲਾਹਾ ਕਰਨਾ ਫਿਰ ਤੁਹਾਡੀ ਮਰਜ਼ੀ ਉਹ ਗੱਲ ਵੱਖਰੀ। ਤਰਸ ਸਾਨੂੰ ਵੱਧ ਤਾਂ ਮਿਲੀ ਆ ਅੰਮ੍ਰਿਤ ਜਦੋਂ ਛਕਿਆ ਨਾ ਨੌਵੀਆਂ ਬੰਦਿਆਂ ਨੇ। ਉਹ ਸੀਗਾ ਤਰਨੇ ਦਲ ਦਾ ਨੌਜਵਾਨ ਜਥੇਦਾਰ। ਉਹਨੇ ਉਹ ਆਦਾ ਜੇ ਜ਼ੁਲਮ ਰੋਕਿਆ ਤਾਂ ਨਾ ਜਾਵੇ ਅਤੇ ਜ਼ੁਲਮ ਦੇ ਮਗਰ ਨਾ ਖੜੋ। ਉਹਨੇ ਧਰਮਸ਼ਾਲਾ ਸੀ ਉੱਥੇ ਚੜ੍ਹ ਕੇ ਅਤੇ ਹੋਕਾ ਦਿੱਤਾ ਸੀ ਮੈਨੂੰ ਮਾਰ ਕੇ ਕੋਈ ਇਹਨਾਂ ਦੇ ਨੇੜੇ ਆ ਸਕਦਾ। ਭਾਈ ਰੁਪਏ ਵੀ ਨਹੀਂ ਲੰਘਣ ਲੱਗੇ ਆ ਲੰਗਰ ਦੇ ਗੁਆੜ ਕੋਲੇ ਅਤੇ ਉਹਨਾਂ ਨੂੰ ਫਤਿਹ ਬੁਲਾਤੀ। ਉਹ ਅਰੇ ਜੀ ਫਤਿਹ ਨਾ ਬੁਲਾਓ ਸਾਹਿਬ ਸਲਾਮ ਬੁਲਾਓ ਜੇ ਇਹਨਾਂ ਦੇ ਨਾਲ ਜਾਂਦੇ ਹਾਂ। ਇਹ ਗਿੱਲਾਂ ਦੀ ਕੱਸੀ ਆ ਜਿਹੜੀ ਅਤੇ ਭਾਈ ਰੁਪਏ ਦੀ ਉੱਥੇ ਘਟਨਾ ਵਾਪਰੀ ਆ। ਉੱਥੇ ਘਟਨਾ ਦੇ ਵਿੱਚ ਇਹ ਮੌਲਵੀ ਲਾਸਾਂ ਦੇ ਵਿੱਚ ਕਿਰਪਾਨਾਂ ਦੀਆਂ ਨਿਸ਼ਾਨੀਆਂ ਜਿਹੀਆਂ ਤਾਂ ਲੱਗੀਆਂ ਸੀ ਇਹਨਾਂ ਦੇ ਬੁੜੀਆਂ ਤੋਂ ਮਾਰਦਿਆਂ ਤੋਂ। ਉੱਥੇ ਇਹ ਜਦੋਂ ਮਿੱਟੀ ਨਾਲ ਹੀ ਪਾਉਣ ਆ ਜਾਂਦੇ ਸੀ ਇਹਦੀ ਜਦੋਂ ਲੱਤ ਫੜੀ ਹੈ ਤਾਂ ਮੈਂ ਤਾਂ ਜਿਉਂਦਾ। ਉਹ ਅਰੇ ਉੱਠ ਫਿਰ ਉਹ ਮਾਰਿਆ ਗਿਆ ਬੰਤ ਚੱਠਾ ਅਤੇ ਮਕਾਨ ਆਈ ਆ ਉੱਥੋਂ। ਤੁਸੀਂ ਇੱਕ ਗਦੇਣ ਨਹੀਂ ਕਿੱਥੋਂ ਆਈ ਪਾਕਿਸਤਾਨ ਚੋਂ ਤੁਹਾਡੇ ਨਾਂ ਤੋਂ ਪਿੰਡ ਤੋਂ ਪਿੰਡ ਦੇ ਇਤਿਹਾਸ ਤੋਂ ਤੁਰਦੇ ਤੁਰਦੇ ਸਾਰੀਆਂ ਗੱਲਾਂ 47 ਤੱਕ 47 ਤੋਂ ਪਹਿਲਾਂ 47 ਤੋਂ ਬਾਅਦ ਤੇ ਹੁਣ ਜਦੋਂ ਇਹ ਗਏ ਆ ਉੱਧਰ ਜਿਹੜੇ ਬੰਦੇ ਤੁਹਾਨੂੰ ਉੱਥੇ ਵੀ ਯਾਦ ਕਰ ਰਹੇ ਆ ਇਹ ਸਾਰੀਆਂ ਗੱਲਾਂ ਅਸੀਂ ਕਰਨੀਆਂ ਤੇ ਪਹਿਲਾਂ ਆਪਣਾ ਨਾਮ ਦੱਸੋ ਜੀ। ਸਾਡਾ ਤਾਂ ਦਲੀਪ ਸਿਵਾ ਪਿਛਲੀ ਤਾਂ ਇਹ ਪਿੰਡ ਬੱਜਲ ਤੋਂ ਪਿੰਡ ਬੱਜਲ ਤੋਂ ਸੁਣਾ ਦਿਓ। ਪਿੰਡ ਬੱਜਲ ਤੋਂ ਛੀਹਾਂ ਤੇ ਪਲਾਣਾ ਇਹ ਘਰਾਣੇ ਦੇ ਪੱਕੇ ਪਤਰਾਲੇ ਤੋਂ ਆਏ ਆ ਨਰਵਾਲ ਖੇਡਿਓਂ ਆਏ ਆ। ਚੱਠੇ ਆ ਜਿਹੜੇ ਉਹ ਖਿੜਕੀਆਂ ਵਾਲੇ ਉਹ ਆਏ ਆ। ਜਿਹੜੇ ਮਿਸਤਰੀ ਆ ਉਹ ਰੌਂਤਿਓਂ ਆਏ ਆ। ਜਿਹੜੇ ਪੰਡਿਤ ਆ ਉਹ ਜਲਾਲੋਂ ਆਏ ਆ। ਇਹ ਬੁੜੇ ਨੇ ਕੋਰਸਿਓਂ ਨੇ ਜਨਮ ਜਲਾਲ ਲਿਆ। ਹਾਂ ਅਤੇ ਉੱਥੋਂ ਇਹ ਇੱਥੇ ਪਹਿਲਾਂ ਅਸੀਂ ਆ ਕੇ ਭੋਡੀ ਪਿਰੇ ਦੇ ਪਰੇ ਅੱਡੇ ਦੇ ਪਹਿਲੇ ਪਾਸੇ ਬੈਠੇ ਸੀ ਢਾਣੀ ਪਲੀ ਬਣਾ ਕੇ। ਉੱਥੋਂ ਫਿਰ ਚੱਲ ਉਰੇ ਆ ਗਏ। ਉਦੋਂ ਬਸਤੀ ਸੀ ਬਾੜਾ ਜੀਆਂ ਕਰਦੇ ਹੁੰਦੇ ਸੀ ਉਹੋ ਜਿਹੀ ਬਾੜ ਜੀ ਕਰਕੇ ਉਰੇ ਪਿੰਡ ਬੰਨ ਲਿਆ ਬਸਤੀ ਬਣਾ ਲਈ। ਭਗਾਣ ਸਿਓ ਰਾਜਾ ਸੀ ਉਦੋਂ ਉਹਦੇ ਇਲਾਜ ਨਹੀਂ ਸੀ ਉਦੋਂ ਕੋਈ ਜੋਸਤੀਆਂ ਨੇ ਚੱਕਰ 'ਚ ਪਾਤਾ। ਇਹ ਬੁੜਾ ਬੜਾ ਸੁਨੱਖਾ ਸੀ ਜ਼ਿਆਦੇ ਅਤੇ ਜਲਾਲ ਲੋ ਉਦੋਂ ਤਾਂ ਰਾਜੇ ਊਂ ਸੀ ਅਤੇ ਉਹਨਾਂ ਨੇ ਚੱਕਰ 'ਚ ਪਾਤਾ ਜੋਸਤੀਆਂ ਨੇ ਵੀ ਉਹ ਰਾਣੀਆਂ ਦੇ ਮੱਥੇ ਲੈ ਗਏ ਅਤੇ ਵਿੱਚ ਹਾਈਟ ਦੇ ਅਤੇ ਕੁੱਕੜੀ ਦੀ ਪਾਗ ਅੰਗੂ ਕੁੱਕੜ ਦੀ ਅੰਗੂ ਉਹ ਚੱਕਰ 'ਚ ਪਏ ਅਤੇ ਇਹਨੂੰ ਆਉਂਦੇ ਵੀ ਤੁਸੀਂ ਉੱਥੇ ਰਾਜੇ ਨੇ ਬੁਲਾਇਆ। ਇਹ ਆਹਦਾ ਮੈਂ ਤਾਂ ਆਪਦੀ ਬਸਤੀ ਆਬਾਦ ਕਰਨੀ ਆ ਮੈਂ ਰਾਣੀਆਂ ਰੂਣੀਆਂ ਕੋਲੇ ਨਹੀਂ ਜਾਣਾ ਉੱਥੇ ਜਾਣਾ ਨਹੀਂ। ਉਹਨੇ ਵਧਾ ਕੇ ਕਹਿਤਾ ਉਹ ਆਹਦਾ ਚੰਗਾ ਸਿਰ ਵੱਢ ਲਿਓ ਲਿਓ ਫੜ ਕੇ ਨਾ ਆਉਂਦਾ ਹੋਇਆ ਸਿਰ ਵੱਢ ਲਿਓ। ਸਿਰ ਵੱਢਣ ਆ ਗਏ ਸਿਰ ਵੱਢਣ ਆਏ ਅਤੇ ਉਹ ਇਹ ਬੱਗ ਛੱਡਣ ਜਾਂਦਾ ਸੀ ਬੈਠ ਕੇ ਉਦੋਂ ਬੱਗ ਜੇ ਗਾਈਆਂ ਜਿਹੀਆਂ ਹੁੰਦੀਆਂ ਸੀ। ਉਹ ਉੱਥੇ ਉਹ ਆ ਗਏ ਚਾਰ ਜਣੇ ਸੀ ਉਹਨਾਂ ਨੇ ਕਿਹਾ ਜੀ ਆ ਰੁੱਕਾ ਤੁਹਾਡੇ ਲਿਜਾਣ ਨੂੰ ਯਾਰ ਆ ਜਾਓ ਘਰੇ ਦੁੱਧ ਪੀ ਕੇ ਚੱਲਦੇ ਹਾਂ। ਉਹ ਆਦੇ ਆ ਦੂਜੇ ਆਪੋ ਵਿੱਚ ਦੀ ਆਦੇ ਆਪਾਂ ਨੂੰ ਜਿਹੜੇ ਆਰਡਰ ਆ ਉਹ ਕਰੋ ਇਹ ਘਰੇ ਚੌਹਾਂ ਨੂੰ ਮਾਰ ਦੇਣਗੇ ਬਲਵਾਸ ਹੀ ਹੈ ਸਾਰੇ। ਹਾਂ ਉਹਨਾਂ ਨੇ ਗੋਲੀ ਮਾਰੀ ਉਹਦੇ ਜਿਹੜਾ ਤਾਂ ਇਹ
ਧਰਮ ਸਿਉਂ ਬੁੜਾ ਸੀ, ਇਹਦੇ ਕੋਲ ਤੋੜੇ ਵਾਲੀ ਰਫਲ ਸੀ, ਉਹ ਇੱਕ ਵਾਰੀ ਭਰੀ ਦੀ ਸੀ ਅਤੇ ਇਹਨੇ ਰੌਲਾ ਪਿਆ ਅਤੇ ਇਹ ਇੱਧਰ ਪਾਸੇ ਜੇ ਬੈਠੇ ਸੀ ਕਰੀ ਰਾਜਿਆਂ ਦੀ, ਜਦੋਂ ਉੱਥੋਂ ਉੱਠ ਕੇ ਆ ਕੇ ਅਤੇ ਇਹਦੇ ਘੋੜ ਸਵਾਰ ਦੀ ਵਾਰੀ ਇੱਥੇ, ਉਹਦਾ ਨੇ ਤਾਂ ਹੰਨੇ 'ਤੇ ਬੁਆਲਿਆ, ਉਹ ਤਾਂ ਉੱਠ ਗਏ ਅਤੇ ਇਹਦਾ ਨੇ ਉਹਦਾ ਸਸਕਾਰ ਕੀਤਾ ਜਦੋਂ ਬਾਬੇ ਕੋਰ ਸਿੰਘ ਦਾ, ਇਹਦੇ ਵੀ ਸਿਰ ਨਾ ਲੈ ਜਾਣ ਅੰਦਰ ਕਰੋ। ਹਾਂ, ਇੱਕ ਸਵਾਰਥ ਸੀ ਡੂੰਘੀ ਜੀ ਬਣਾਈ ਵੀ, ਉਹਦੇ ਵਿੱਚ ਸਸਕਾਰ ਕੀਤਾ ਉਹਦਾ, ਅਤੇ ਜਿਹੜੀ ਅੱਗ ਲਵਾਈ ਆ ਉਹ ਕੇਸਰ ਸਿਉਂ ਸੀ ਵੱਡਾ, ਉਹ ਬਾਬੇ ਕੋਰ ਸਿੰਘ ਦਾ ਪੁੱਤ ਸੀ, ਊ ਛੋਟਾ ਜਿਹਾ, ਦੂਜੇ ਤੋਂ ਬਾਹਲੇ ਛੋਟੇ ਸੀ, ਅਤੇ ਉਹ ਉਦੋਂ ਛੀਹਾਂ ਅਤੇ ਪਲਾਲਾਂ ਨੇ ਛੀਹੇ ਨੇ ਧਾ ਮਾਰੀ ਆ ਉੱਥੇ। ਹਾਂ, ਜਿਹੜਾ ਮੁਸਲਮਾਨ ਜਿਹਨੂੰ ਅੱਜ ਦੀਆਂ ਤੇੜਾਂ 'ਚ ਕੁਛ ਆਖੀ ਜਾਣ, ਇਹ ਫਿਰ ਉੱਥੋਂ ਮਾਂ ਇੱਥੋਂ ਲੈ ਕੇ ਬੱਚੇ ਅਤੇ ਬੱਧਣੀ ਜਾ ਵੜੀ, ਬੱਧਣੀ ਗਈ ਆ ਸਦਾ ਘਰ ਰਾਜੇ ਰਣਜੀਤ ਸਿੰਘ ਦੀ ਸੱਸ ਦੀ ਸਹੇ ਨਾਲ। ਹਾਂ, ਉੱਥੇ ਕੋਈ ਨਾ ਇੱਧਰਲੀ ਪੁਲਿਸ ਜਾਂਦੀ ਸੀ ਅਤੇ ਨਾ ਉੱਧਰੋਂ ਇੱਧਰ ਆਉਂਦਾ ਸੀ, ਉੱਥੇ ਉਹਨੇ ਦਿਹਾੜੇ 3 ਸਾਲ ਕੱਟੇ ਆ, ਰਾਜ ਬਦਲ ਗਿਆ। ਇੱਥੋਂ ਵਾਲੇ ਜਿਹੜਾ ਧਰਮ ਸਿੰਘ ਸੀ ਇਹ ਵੀ ਇੱਥੋਂ ਨਿਕਲ ਗਿਆ ਸੀ ਵੀ ਕਸ਼ਟ ਹੋਊ, ਅਤੇ ਉਹਨੂੰ ਜਾ ਕੇ ਲਿਆਏ ਆ, ਜਾ ਕੇ ਲਿਆ ਕੇ ਫਿਰ ਉਦੋਂ ਮਗਰੋਂ ਇੱਥੇ ਕੇਸਰ ਸਿੰਘ ਤਕੜਾ ਹੋ ਗਿਆ, ਅਤੇ ਸਾਰੀ ਸਟੋਰੀ ਤਾਂ ਫਿਰ ਇਉਂ ਆ, ਉਦੋਂ ਮਗਰੋਂ ਆਪੋ ਵਿਧੀ ਭਰਾਵੀ ਚੁਗਲੀ ਚੱਪਾ ਚੱਲ ਪਿਆ, ਉਹ ਕੇਸਰ ਸਿੰਘ ਵੀ ਅਣਧੜਕ ਜਿਹਾ ਸੀ, ਕੋਈ ਚੋਰੀ ਹੋਈ, ਇੱਕ ਇਹਨਾਂ ਦੀ ਭੈਣ ਸੀ ਉਹ ਬਾਹੀਏ 'ਚ ਵਿਆਹੀ ਸੀ, ਅਤੇ ਕੋਈ ਚੋਰੀ ਹੋਈ ਆਦੇ ਜੀ ਇਹ ਰੱਸਾ ਭੇਜਦਾ ਉੱਧਰ। ਹਾਂ, ਉਹ ਇਹ ਉਹ ਆਦਾ ਰਾਜਾ ਦਾ ਵੀ ਮੇਰੇ ਰਾਜ 'ਚੋਂ ਬਾਹਰ ਹੋ ਜੇ। ਹਾਂ, ਉਹ ਬਾਹਰ ਨਿਕਲ ਗਿਆ, ਉਹ ਫਰੀਦਕੋਟ 'ਚ ਜਾ ਵੜਿਆ, ਫਰੀਦਕੋਟ ਵਾਲੇ ਨੇ ਵਕੀਲ ਨਾਲ ਉਹਦੇ ਪਹਿਲਾਂ ਗੱਲ ਕੀਤੀ ਵੀ ਕਿਵੇਂ ਮਿਟੀਗੇਟ ਕਿਹੜੇ ਢੰਗ ਨਾਲ, ਵਜ਼ੀਰ ਨੂੰ ਮਿਲਿਆ, ਉਹ ਆਹਦਾ ਤੜਕੇ ਰਾਜਾ ਸ਼ਹਿਰ ਨੂੰ ਨਿਕਲੂ ਬਾਹਰ, ਅਤੇ ਤੁਸੀਂ ਐਂ ਸਸਤਾ ਰਾਹੀ ਪਹਿਨੀ ਅਤੇ ਮੂਰਦੀ ਲੰਘ ਜੀ, ਉਹ ਮੂਰਦੀ ਉਹਦੇ ਲੰਘ ਗਿਆ, ਉਹ ਆਹਦਾ ਇਹ ਕੌਣ ਆ, ਉਹ ਆਹਦੇ ਜੀ ਇਹ ਇੱਕ ਵਸਾਵਾ ਸਿੰਘ ਨੇ ਉਜਾੜਿਆ ਉੱਧਰੋਂ। ਹਾਂ, ਉਸ ਰਾਜ 'ਚੋਂ, ਹਾਂ ਗੱਲ ਤਾਂ ਹੋਈ ਵੀ ਸੀ। ਹਾਂ, ਉਹ ਆਹਦਾ ਇਹਨੂੰ ਬੁਲਾਓ ਕਚਹਿਰੀ 'ਚ, ਉਹ ਬੁਲਾ ਲਿਆ, ਉਹ ਆਹਦਾ ਕਿਉਂ ਜੀ ਹੁਣ ਉਹਦਾ ਜੀ ਇਸਤੀਫਾ ਕਰਕੇ ਅਤੇ ਮੈਨੂੰ ਰਾਜ 'ਚੋਂ ਕੱਢਤਾ, ਕਿ ਹੁਣ ਤੂੰ ਕੀ ਭਾਲਦਾ ਫਿਰਦਾ, ਆਹਦਾ ਮੈਂ ਮਿੱਟੀ ਦੀ ਮੁੱਠ ਭਾਲਦਾ ਕਿਤੇ ਬਹਿਣ ਨੂੰ। ਹਾਂ, ਉਹ ਆਹਦੇ ਜੀ ਦਵੜੀ ਖਾਨੇ ਬੁਹਾਰੀਏ 'ਚ ਦਵੜੀ ਖਾਣਾ ਜਾੜਿਆ ਸੀ ਉਦੋਂ ਅੰਗਰੇਜ਼ ਨੇ, ਉਹ ਆਹਦਾ ਜੀ ਮੈਨੂੰ ਪਿੰਡ ਦੇ ਨੇੜੇ ਬੁਆਓ, ਉਸੇ ਰਾਜੇ ਦੀ ਮੈਂ ਜ਼ਮੀਨ ਨੱਪਣੀ ਆ ਜਿਹਨੇ ਮੈਨੂੰ ਕੱਢਿਆ, ਉਹ ਸੀ ਉਹੀ ਦਲੇਰ, ਉਹ ਫਰੀਦਕੋਟ ਗਏ ਨੇ, ਫਿਰ ਉਹਨਾਂ ਨੇ ਇੱਥੇ ਆ ਬੁਆਤਾ ਕੇਸਰ ਵਾਲਾ, ਬਹਿਣ ਜੋਗਰੀ ਜੇ ਦੇ ਤੀ ਉਹਦੇ ਨੱਪੀ ਕੋਰਲੇ ਪਾਸਿਓ ਆ, ਅਤੇ ਇਸ ਹਾਲਤ ਦੇ ਵਿੱਚ ਉਹਨਾਂ ਦੇ ਵੀ ਕੋਈ ਖਾਨਦਾਨੀ 'ਚੋਂ ਕੁਰਬਾਨੀ ਹੋਈ ਹੈ, ਜਗਰਾਜ ਸਿੰਘ ਕਹਿ 'ਚੋਂ ਨਾਭੇ ਵਾਲੇ ਰਾਜੇ ਨੇ ਕਾਲੀ ਪੱਗ ਬੰਨ ਲਈ ਅੰਗਰੇਜ਼ ਦੇ ਖਿਲਾਫ, ਉਹਦਾ ਨਹੀਂ ਬੰਨ ਨਹੀਂ ਸਕਦਾ, ਉਹਨਾਂ ਨੇ ਜਗੀਰ ਸਿੰਘ ਜੋਗਾ ਜਿਹੜੇ ਗਦਰੀ ਸੁਣੇ ਕਿਤੇ, ਇਹਨਾਂ ਨੂੰ ਇਹਨੂੰ ਅਤੇ ਉਹਨਾਂ ਨੂੰ ਜੇਲ੍ਹ 'ਚ ਦੇ ਤੇ, ਅਤੇ ਇਹ ਸੀ ਉਹਦਾ ਉਹਦੀ ਔਲਾਦ ਜਿਹੜੀ ਜਗਰਾਜ ਸਿੰਘ ਕੇਸਰ ਰਲ ਗਿਆ, ਇਹ ਪਰਜਾ ਮੰਡਲ ਪਾਰਟੀ ਸੀ ਉਹਦੇ ਵਿੱਚ ਦੀ ਹੋ ਕੇ ਜੇਲ੍ਹ 'ਚ ਗਏ ਆ, ਉਹਨਾਂ ਦਾ ਵੀ ਸਦਵਾਦ ਇਸੇ ਖੂਨ 'ਚੋਂ ਕਰਕੇ ਆ, ਪਿਛੋਕੜ 'ਚੋਂ ਜਿਹੜੇ ਭਲੇ ਆ, ਜਿਵੇਂ ਮੇਰਾ ਮਤਲਬ ਲਾ ਵੀ ਇਹ ਜਿਹੜੀ ਉਹ ਗਰੁੱਪ ਆ ਇਹਨਾਂ ਦੇ ਵਿੱਚ ਕੋਈ ਕਰੰਟ ਆ। ਹਾਂ, ਕਿਹੜੀ ਗੋਦ ਦੇ ਜੱਟ ਸੀਗੇ ਉਹ? ਕਿਹੜੀ ਗੋਦ ਦੇ ਸੀਗੇ? ਕੌਣ? ਕੇਸਰ ਸਿੰਘ ਹੋਣੀ? ਕੇਸਰ ਸਿੰਘ ਉਹ ਸਿੱਧੂਗਾ 'ਚੋਂ, ਉਹ ਵੀ ਸਿੱਧੂ ਸੀ? ਹਾਂ, ਉਹ ਸਿੱਧੂ ਸੀਗਾ, ਮਗਰੋਂ ਉਹ ਵੱਡਾ ਸੀ ਰਾਜਾ, ਇੱਥੋਂ ਆ ਪੱਤੀਆਂ ਵਾਲੇ ਛੋਟੇ ਆ, ਇਹ ਛੋਟੇ ਆ ਜਿਹੜੇ ਚਾਹੁੰ ਦੀ ਇਲਾਦ ਇੱਥੇ ਆ, ਉਹ ਵੱਡਾ ਸੀ ਪੰਜਵਾਂ। ਤੁਹਾਡਾ ਪਿੰਡ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ? ਬਠਿੰਡੇ 'ਚ ਆ ਜੀ। ਅਤੇ ਨਾਲ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਆ?
ਬਠਿੰਡੇ ਦੇ ਨਹੀਂ ਤੁਹਾਡੇ ਪਿੰਡ ਦੇ ਆਲੇ ਦੁਆਲੇ? ਸਾਡੇ ਪਿੰਡ ਅੱਠ ਤਾਂ ਅਸੀਂ ਜਲਾਲਾਂ ਵਾਲੇ ਹੀ ਹਾਂ, ਆਹ ਰੌਂਧਾਰ ਵਾਲਾ ਸਵਾਹ ਦਾ ਇਹ ਅੰਗਰੇਜ਼ੀ ਚੋਂ ਆ। ਆਸੇ ਪਾਸੇ ਮੁਸਲਮਾਨੀ ਕਿੰਨੀ ਕੁ ਸੀਗੀ? ਮੁਸਲਮਾਨੀ ਸਾਡੇ ਘੱਟ ਤੋਂ ਘੱਟ 250 ਬੰਦਾ ਹੋਊਗਾ ਉਹਦੇ ਇਸ ਪਿੰਡ 'ਚ। ਇਸੇ ਪਿੰਡ 'ਚ ਕਾਫੀ ਜ਼ਿਆਦਾ ਸੀ, ਜ਼ਮੀਨ ਮਿਲੀ ਵੀ ਸੀ ਬਰਾਬਰੀ ਸਾਰਿਆਂ ਕੋਲ, ਉਵੇਂ ਜਿਵੇਂ ਹਲਾ ਮਗਰ 30 ਕਬਾ ਕੀਤੀ ਵੀ ਸੀ, ਕਦੇ ਉਹ ਵੇਟ ਮਜ਼ਬੀ ਨੂੰ ਵੀ 30 ਕਬਾ ਦਿੱਤੀ ਇੱਕ ਨੂੰ, ਅਤੇ ਸਾਰਿਆਂ ਦਾ ਜਿਹੜਾ ਫੈਸਲਾ ਸੀ ਆਹ ਤਾਂ 250 ਸਾਲ ਵੀ ਨਹੀਂ ਹੋਇਆ, ਹਾਂ 150 ਸਾਲ ਹੋਇਆ 30 ਇੱਕ ਦਿਨ ਨੂੰ, ਅਤੇ ਉਹਨਾਂ ਦਾ 236 ਸਾਲ ਹੋ ਗਏ, ਅਤੇ 30 ਏਕੜੀ ਉਦੋਂ ਵੇਖ ਲਾ ਤੂੰ ਉਹਨਾਂ ਦਾ ਫੈਸਲਾ ਉਸ ਜਮਾਤ ਦਾ ਰਲ ਕੇ ਕੀਤਾ। ਪਹਿਲਾਂ 80 ਕਰਦੇ ਸੀ, ਅਤੇ 80 ਇੱਕ ਤੋਂ ਨਿਕਲਣੀ ਨਹੀਂ ਹੱਲ ਤੋਂ, ਅਤੇ ਆਪ ਦਾਲੇ ਕਿਵੇਂ ਹੋਣਗੇ। ਹਾਂ ਇਹ ਜਿਹੜੇ ਉਹਨਾਂ ਦੇ ਫੈਸਲੇ ਸੀ ਨਾ ਆਪੋ ਵਿੱਚ, ਉਹ ਕੋਈ ਬੇਈਮਾਨੀ ਨਹੀਂ, ਕੋਈ ਕੁਛ ਅਲੱਗ ਨਾ ਨਹੀਂ ਸੀ, ਆਹ ਜਿਹੜੀਆਂ ਮਗਰੋਂ ਨੇਰੀਆਂ 'ਚ ਫਿਰ ਲਾਲਚ ਵਧਿਆ, ਫਿਰ ਤਾਂ ਤੁਹਾਨੂੰ ਸਾਡੀ ਮਸੀਤ ਦਾ ਵੀ ਕਬਜ਼ਾ ਕਿਸੇ ਕੋਲ ਸੀ ਕਰ ਲਿਆ, ਪਰ ਸਾਡੀ ਜੂਹ 'ਚ ਮੁਸਲਮਾਨ ਮਾਰਿਆ ਸੀ। ਸਾਡੇ ਨਾਲ ਜਿਹੜਾ ਬੰਤ ਚੱਠਾ ਸੀ, ਚੱਠਿਆਂ ਦਾ ਘਰ ਆ, ਇੱਥੇ ਤਹਿਸੀਲਦਾਰ ਆਇਆ ਸੀ, ਉਹ ਕਹਿੰਦਾ ਜੀ ਅਮਨ ਰੱਖਿਓ ਫਲਾਨਾ, ਕੋਈ ਘਬਰਾਵੇ ਉਹਨਾਂ ਪਹਿਲਾਂ, ਉਹਨੇ ਧਰਮਸ਼ਾਲਾ ਸੀ ਉੱਥੇ ਚੜ੍ਹ ਕੇ ਅਤੇ ਹੋਕਾ ਦਿੱਤਾ ਸੀ ਮੈਨੂੰ ਮਾਰ ਕੇ ਕੋਈ ਇਹਨਾਂ ਦੇ ਨੇੜੇ ਆ ਸਕਦਾ। ਅੱਛਾ ਵਾਹ ਜੀ ਵਾਹ। ਜਿਹੜਾ ਜਿਹਦੇ ਆਸਰੇ ਨਾਲ ਮੈਂ ਤਕੜਾ ਹੋਇਆ, ਨਾਲ ਮੇਰੀ ਉਮਰ ਉਦੋਂ 23 ਕੁ ਸਾਲ ਦੀ ਸੀ, ਅਤੇ ਉਹ ਜਵਾਕ ਚੱਲੇ ਵਾਲਾ ਸੀ ਵੀ ਬਰੂਸੀ ਅਤੇ ਮਜ਼ਾਰੇ, ਅਸੀਂ ਫਿਰ ਥੱਲੇ ਵਾਲੇ ਵਰਗ ਨਹੀਂ ਚੱਲੇ ਸੀ। ਉਹ ਮੈਂ ਜੇ ਤੈਨੂੰ ਦੱਸਾਂ ਇੱਧਰਲੇ ਵੀ ਪੱਤੋ ਵਾਲੇ ਜਾਂ ਹੋਰ, ਉਹ ਠੂਰ ਵਾਲੇ ਕਾਫਲੇ ਦਾ ਰਲਾਉਂਦੀ ਸੀ ਪਾਰਟੀ, ਠੂਰ ਰਲਾ ਕੇ ਆਏ ਆ, ਗੱਜੜ ਕੀਤੀ ਸੀ ਖੋਟਿਆਂ ਦਾ, ਪੱਤੋ ਦਾ ਭੂਰ ਵਜਿੰਦਿਆ ਸੀ, ਕਰਨੈਲ ਬੁਰਜ ਦਾ ਸੀ, ਉਹ ਪਾਰਟੀਆਂ ਦਾ ਫੈਸਲਾ ਸੀ ਵੀ ਆਪਾਂ ਬਚਾਉਣ ਵਾਲੇ ਪਾਸੇ ਚੱਲਣਾ ਉਹਦੇ ਦੀ ਲੋੜ 'ਤੇ। ਹਾਂ ਅਤੇ ਉਹਦਾ ਇਸ ਤਿਕਾ ਦੀ ਗੱਲ 'ਚ ਉਹਦੇ 'ਚ ਫਿਰ ਹੋਇਆ ਕੀ, ਹੁਣ ਸਾਰੀ ਦੱਸਣੀ ਪਊ ਮੈਨੂੰ। ਦੱਸੋ ਜੀ ਦੱਸੋ। ਹਾਂ ਕੁਛ ਬੰਦੇ ਉੱਧਰੋਂ ਮੁੜ ਕੇ ਵੀ ਇੱਥੇ ਆ ਜਾਂਦੇ ਸੀ, ਜਿਹੜੀ ਧੁੜਕੂ ਸੀ ਉਹ ਵੀ ਕੱਢੀ ਆ ਕਈਆਂ ਥਾਈਂ, ਜੇ ਸਾਰੀ ਪੁੱਛਣੀ ਆ ਤਾਂ ਬੰਦਾ ਵੀ ਮਾਰੇ ਆ, ਇੱਕ ਸਰਦਾਰ ਮਾਰਿਆ। ਕੁਛ 47 ਦੇ ਵਿੱਚ ਜੋ ਵੀ ਚੱਕਰ ਚੱਲਿਆ ਇਸ ਪਿੰਡ 'ਚ, ਉਹ ਸੁਣਾਓ ਤੁਸੀਂ ਕਿਵੇਂ ਛੱਡਣ ਗਏ, ਕਿਵੇਂ ਸਲਾਹ ਬਣੀ, ਕੌਣ ਕੌਣ ਗਿਆ? ਪਹਿਲਾਂ ਅਸੀਂ ਫੂਲ ਛੱਡ ਕੇ ਆਏ ਹਾਂ, ਇਹ ਆਦੇ ਜੀ ਅਸੀਂ ਰਾਤ ਨੂੰ ਗੱਡੀ ਚੜ੍ਹਾਂਗੇ, ਅਤੇ ਗੱਡੇ ਜੋੜ ਲਏ ਗੱਡੀਆਂ ਜੀਆਂ ਜੋੜ ਕੇ, ਅਤੇ ਉਹਦੇ 'ਤੇ ਅਸੀਂ ਰਾਏ ਬਣਾ ਲਈ। ਇੱਕ ਬੁੱਢੀ ਅੰਨੀ ਸੀ, ਉਹ ਬੋਰਾਂ 'ਤੇ ਵੀ ਚੱਕ ਕੇ, ਬੀਬਾ ਸੀ ਉਹਦਾ ਨਾਂ, ਇਕੱਲੀ ਬੁੱਢੀ ਸੀ ਉਹਨਾਂ ਦੇ, ਅਤੇ ਉਹ ਗੱਡੀ 'ਤੇ ਵੀ ਰੱਖ ਕੇ ਲਗਏ ਹਾਂ। ਅੱਛਾ ਜੀ, ਫਿਰ ਅਸੀਂ ਸੀਗੇ, ਇੱਕ ਤਾਂ ਸੌਦਾਗਰ ਸੀ, ਇੱਕ ਲਾਭ ਸੋ ਮਿਸਤਰੀ ਸੀ, ਇੱਕ ਜੋਰਾ ਸੀ, ਅਸੀਂ 5 ਜਣੇ ਗਏ ਸੀ ਉਹਨਾਂ ਦੇ ਨਾਲ। ਭਾਈ ਰੁਪਏ ਵੀ ਨਹੀਂ ਲੰਘਣ ਲੱਗੇ ਆ ਲੰਗਰ ਦੇ ਗੁਆੜ ਕੋਲ, ਅਤੇ ਉਹਨਾਂ ਨੂੰ ਫਤਿਹ ਬੁਲਾਤੀ, ਉਹ ਅਰੇ ਜੀ ਫਤਿਹ ਨਾ ਬੁਲਾਓ, ਸਾਹਿਬ ਸਲਾਮ ਬੁਲਾਓ ਜੇ ਇਹਨਾਂ ਦੇ ਨਾਲ ਜਾਂਦੇ ਹਾਂ। ਅੱਛਾ ਹਾਂ, ਜਿਹੜਾ ਕੁ ਹੋਇਆ ਫਿਰ ਮੈਂ ਉਵੇਂ ਦੱਸੂ। ਹਾਂ ਜਿਹੜਾ ਹੋਇਆ, ਅਤੇ ਇਹ ਸੀਗਾ ਜਾਰੇ ਦਲੇਰੀ 'ਚ, ਅਤੇ ਇਹ ਆਦਾ ਚੰਗਾ ਸਾਹਿਬ ਸਲਾਮ ਬੰਦ ਚੱਠੇ ਹੁਣੀ ਕਹਿੰਦੇ। ਹਾਂ ਅਤੇ ਮੇਰੇ ਤਾਂ ਉੱਥੇ ਨਾਨਕੇ ਸੀ। ਹਾਂ ਅਤੇ ਉਹ ਉੱਥੇ ਇੱਕ ਭਾਈ ਕਿਆ ਚੋ ਗੁਰਜਿੱਤ ਸਿੰਘ ਸੀ, ਭਾਈ ਕੇ ਪੂਜ ਦੇ, ਉਹ ਸਾਡੇ ਪਿੰਡ ਵਿਆਹਿਆ ਵਾ ਸੀ। ਅਸੀਂ ਤਾਂ ਗੱਡੀਆਂ ਜਾਂ ਗੱਲ ਕੇ ਗਾਹ ਵੀ ਉਹ ਆਉਂਦੇ ਆ, ਮਗਰ ਬੰਦੇ ਆਉਂਦੇ ਆ ਕੱਢੇ ਕਢਿਆਲੋ, ਸੋਟੀਆਂ ਸਾਡੇ ਕੋਲ ਸੀਗੇ ਵਰਛੇ ਵਰਛੇ ਉਵੇਂ ਜਿਵੇਂ ਹੀ ਸੀ, ਅਤੇ ਉਹਨੇ ਬੰਦਾ ਘੱਲਤਾ ਵੀ ਜਾਓ ਕੋਈ ਨਹੀਂ ਆਉਂਦਾ, ਮਗਰ ਫਿਰ ਅਸੀਂ ਤੁਰ ਗਏ। ਗਾਂ ਮੀਂਹ ਜਾਂ ਪੈਣ ਲੱਗ ਗਿਆ, ਇੱਕ ਸੇਖੇ ਦਾ ਸੀ ਇੱਥੇ, ਮੀਂਹ ਦੇ ਵਿੱਚ
ਸਾਡੇ ਤੇ ਭਾਈ ਬਿਜਲੀ ਨੇ ਵੀ ਵਾਰ ਕੀਤਾ। ਹਾਂ, ਇੱਕ ਉੱਠ ਮਰ ਗਿਆ, ਉਹਦੇ ਤੇ ਜਵਾਕ ਸੀ ਬੋਕਲ 'ਚ ਉਹਦੇ, ਤੇ ਇੱਕ ਉਹ ਆਪ ਮਰ ਗਈ, ਤੇ ਬੱਚੇ ਦੋਨੇ ਹੀ ਬੋਕਲ 'ਚ ਜਿਉਂਦੇ ਰਹੇ, ਚੱਕ ਲਏ ਅਸੀਂ। ਹਾਂ, ਇਹ ਜਿਹੜਾ ਕੁਛ ਵਾਪਰੇ ਆ ਜਿਹੋ ਜਿਹੇ, ਮੈਂ ਉਹੋ ਦੱਸਦਾ। ਬੱਚੇ ਉੱਠ ਤਾਂ ਡਿੱਗਦਾ ਡਿੱਗਿਆ, ਅਤੇ ਉਹ ਐਂ ਉਲਟ ਗਈ, ਅਤੇ ਬੱਚੇ ਦੋਏ ਬੋਕਲ 'ਚ, ਬੱਚੇ ਬੋਕਲ 'ਚੋਂ ਚੱਕ ਲਏ, ਉਹ ਤਾਂ ਉੱਠ ਮਰ ਗਏ ਦੋਨੇ। ਉਹ ਉੱਥੇ ਹੀ ਦੱਬੀ ਆ ਇਹਨਾਂ ਦੇ ਦਾਦੇ ਨੇ ਗਰਜੇ ਨੇ। ਅਤੇ ਕੀ ਨਾਂ ਕੀ ਸੀ ਉਹਦਾ ਜੀ? ਔਰਤ ਦਾ ਨਾਂ ਜਿੱਤਿਆ ਕਿਹਦਾ? ਬੀਬੀ ਦੇ ਨਾਂ ਦਾ, ਤਾਂ ਮੈਂ ਬੁੱਗਾ ਦਾ ਦਾਦਾ ਨਹੀਂ ਸੀਗਾ। ਹਾਂ, ਅਤੇ ਇਸ ਤੇ ਕਹਾ ਇਹਨਾਂ ਨੇ, ਇਹ ਮਗਰੋਂ ਰਲਿਆ ਸਾਡੇ ਨਾਲ। ਹਾਂ, ਗਰਜਾ ਇਹ ਆਪਦੇ ਦੋ ਜਣੇ ਰਹਿ ਪਏ, ਇਹਨਾਂ ਨੇ ਉੱਥੇ ਉਹਦੇ 'ਤੇ ਮਿੱਟੀ ਪਾਈ ਹੈ ਦੱਬ ਕੇ, ਇੱਕ ਭੜੀ ਜੀ ਸੀ ਉੱਥੇ ਕੱਢ ਕੇ ਟੁੱਕ ਕਹੀ ਲੈ ਕੇ ਘਰਾਟਾ ਦੇ ਕੋਲ ਜਿਹੜੇ ਭਰੇ, ਅਤੇ ਉਦੋਂ ਗਾਂ ਅਸੀਂ ਫਿਰ ਗਾਂ ਵਾਲੇ ਜਾਵੜੇ, ਉਹ ਅਸੀਂ ਰਾਤ ਨੂੰ ਵਾਪਸ ਮੁੜਿਆ ਏ। ਇਹਨਾਂ ਨੂੰ ਉੱਥੇ ਤਿੰਨ ਦਿਨ ਇਹ ਦਿਨ ਕਹਿਦੇ ਵੀ ਸਮਝੌਤਾ ਹੋ ਗਿਆ। ਕਾਰਨ ਇਹ ਸੀ ਵੀ ਇਕੱਠੇ ਹੋਈ ਜਾਂਦੇ ਆ, ਕੋਈ ਜਿਵੇਂ ਠੂਰ ਵਾਲੇ ਵਿਚਰ ਕੇ ਗਏ ਆ ਸਲਿਆ ਲੈ ਕੇ, ਉਹਨਾਂ ਦੇ ਨੇੜੇ ਨਹੀਂ ਕੋਈ ਆਇਆ, ਅਤੇ ਬਈ ਇਹਨਾਂ ਨੂੰ ਖੜਾ ਦਿਓ। ਇਹ ਤਾਂ ਫਿਰ ਟਰੱਕ 'ਤੇ ਉਰੇ ਲਿਆਂਦੇ ਆ, ਇੱਧਰਲੇ ਵੀ ਤੁਸੀਂ ਇੱਧਰ ਟਰੱਕ ਛੱਡਿਓ। ਇਹ ਗਿੱਲਾਂ ਦੀ ਕੱਸੀ ਆ ਜਿਹੜੀ, ਅਤੇ ਭਾਈ ਰੁੱਪੇ ਦੀ, ਉੱਥੇ ਘਟਨਾ ਵਾਪਰੀ ਆ। ਉੱਥੇ ਘਟਨਾ ਦੇ ਵਿੱਚ ਇਹ ਮੌਲਵੀ ਲਾਸਾਂ ਦੇ ਵਿੱਚ ਕਿਰਪਾਨਾਂ ਦੀਆਂ ਨਿਸ਼ਾਨੀਆਂ ਜਿਹੀਆਂ ਤਾਂ ਲੱਗੀਆਂ ਸੀ ਇਹਨਾਂ ਦੇ ਬੁੜੀਆਂ ਤੋਂ ਮਾਰਦਿਆਂ ਤੋਂ। ਉੱਥੇ ਇਹ ਜਦੋਂ ਮਿੱਟੀ ਨਾਲ ਹੀ ਪਾਉਣ ਆ ਜਾਂਦੇ ਸੀ, ਇਹਦੀ ਜਦੋਂ ਲੱਤ ਫੜੀ ਹੈ ਤਾਂ ਮੈਂ ਤਾਂ ਜਿਉਂਦਾ ਉਹ ਅਰੇ ਉੱਠ ਫਿਰ। ਹਾਂ, ਇਹਨੇ ਉੱਠ ਕੇ ਅਤੇ ਸੀਤੇ ਨੂੰ ਅਤੇ ਇਹਨਾਂ ਦੀ ਖੀਲੇ ਨੂੰ ਫੜ ਕੇ ਅਤੇ ਦੁੱਲੇ ਵਾਲੇ ਜਾਵੜੇ, ਹਾਂ, ਗੱਡੇ 'ਤੇ ਬਹਿ ਕੇ, ਅਤੇ ਉੱਥੋਂ ਫਿਰ ਇਹ ਬੁੜੀਆਂ ਨਹੀਂ, ਉਹ ਬਾਦ ਵਾਲੇ ਥੋੜ੍ਹੇ ਸੀ, ਹੱਥ ਰਾਜ ਜਿਹੜਾ ਉੱਥੇ ਪਾਕਿਸਤਾਨ 'ਚ ਮਰਿਆ, ਥੋੜ੍ਹੇ ਸਾਲ ਹੀ ਹੋਏ ਆ। ਇਹਦੀਆਂ ਬਾਂਹ ਕੰਮ ਕਰਨੋਂ ਹਟ ਗਈ ਸੀ, ਉਹ ਬਾਬਾ ਸੀ ਲੱਗਦਾ ਇਹਨਾਂ ਦਾ, ਸਾਡਾ ਵੀ ਉਹ ਚਾਚਾ ਇਹਦਾ ਪੁੱਤ ਸੀ ਬਣਿਆ, ਅਤੇ ਉਸ ਵੇਲੇ ਦੇ, ਅਤੇ ਉਹ ਉੱਥੇ ਜਿਨ੍ਹਾਂ ਦੇ ਅੱਜ ਉੱਥੇ ਜਿਹੜੇ ਵਿਆਹ ਵੂਹ ਹੋਏ ਆ ਉਹ ਕਨੇਡਾ, ਉਹਦੇ ਬਾਹਰ ਜਾਵੜੇ ਸੀ ਬੱਚੇ। ਹਾਂ, ਜਿਹੜਾ ਵਜ਼ੀਰ ਸੀ ਸੇਖੇ ਵਾਲਾ ਇੱਥੋਂ, ਜਿਨ੍ਹਾਂ ਨੂੰ ਸਾਡੇ ਵੱਧ ਨੇੜੇ ਇਹਨਾਂ ਨੇ ਸਾਥ ਕਰਤੇ ਸੀ, ਉਹਨਾਂ ਦੇ ਉੱਥੇ ਵੀ ਸਕੀਰੀ ਉਵੇਂ ਜਿਵੇਂ ਜੇ ਝੱਲੀ ਉੱਥੋਂ। ਉਦੋਂ ਮਗਰੋਂ ਬੁੜੀਆਂ ਨੂੰ ਛੱਡ ਕੇ ਤਾਂ ਸਾਡੇ ਬਜ਼ੁਰਗ ਗਏ ਆ, ਅਤੇ ਬੰਦਿਆਂ ਨਾਲ ਅਸੀਂ ਗਏ ਹਾਂ। ਦੂਜੇ ਹੇਲੇ 'ਚ ਮੈਂ ਨਹੀਂ ਗਿਆ, ਅਤੇ ਸਾਡੇ ਬਜ਼ੁਰਗ ਸੀਗੇ। ਇੱਕ ਬੁੜੀ ਨੇ ਉੱਥੇ ਸੱਟਾਂ ਵੱਜੀਆਂ ਤਾਂ ਉਹਦੇ ਸਿਉਣਾ ਲਾਹ ਲਿਆ ਦੂਜੀਆਂ ਦਾ, ਮੈਂ ਤਾਂ ਸਾਰੀ ਬਾਤ ਦੱਸੂ ਜਿਵੇਂ ਹੈ। ਹਾਂ, ਉਹ ਭਾਈ ਤਲਾਸ਼ੀ ਲੈਂਦਾ ਤਾਂ ਜੈਤੋ ਪੁਲਿਸ ਵਾਲਿਆਂ ਨੇ ਧੱਕ ਲਈ ਵੀ ਇਹ, ਹਾਂ, ਉਹਨਾਂ ਨੇ ਉੱਥੇ ਫੜ ਲਈ ਕੱਲੀ, ਅਰੇ ਜੀ ਇਹਨਾਂ ਦੇ ਵਿੱਚੋਂ ਆਹ ਬੁੜੀ ਕਿਵੇਂ, ਪਤਾ ਨਹੀਂ। ਇਹਨਾਂ ਨੇ ਉਹ ਛਡਾ ਤਾਂ ਲਈ ਜਾਵੜੀ ਪਾਕਿਸਤਾਨ 'ਚ, ਪਰ ਉਹ ਸਿਉਣਾ ਦੀ। ਹਾਂ, ਅਤੇ ਜਿਹੜੇ ਇਹਦੇ ਨਾਲ ਅਸੀਂ ਗਏ ਹਾਂ, ਮੈਨੂੰ ਨਹੀਂ ਪਤਾ ਵੀ ਉਹਦੇ 'ਚ ਕੀ ਸੀਗਾ। ਉਹ ਘਰ ਦਾ ਨਾ ਤਾਂ ਬੰਦਾ ਮਰਿਆ ਸੇਖੇ ਵਾਲਿਆਂ ਦਾ, ਅਤੇ ਨਾ ਕੋਈ ਨੁਕਸਾਨ ਨਹੀਂ ਹੋਇਆ। ਅਸੀਂ ਇੱਥੇ ਹਰ ਜਲਾ 5 ਕੁ ਦਿਨ ਮਗਰੋਂ ਆਇਆ ਰਿਆਸਤ 'ਚ, ਅੰਗਰੇਜ਼ੀ 'ਚ ਸੀ ਪਹਿਲਾਂ, ਅਤੇ ਅਸੀਂ ਸੇਖੇ ਲੁਕੋ ਕੇ ਆਏ ਹਾਂ। ਇੱਕ ਗੁਲਜ਼ਾਰਾ ਸੀ ਸੇਖੇ ਦਾ ਬਨਵਾਸ, ਵੀ ਆ ਸਾਡੇ ਬੰਦੇ ਲੁਕੋ ਦਿਓ, ਉਹ ਉੱਥੇ ਅਸੀਂ ਲੁਕੋਏ ਆਏ। ਹਾਂ, ਇਹ ਜਿਹਾ ਲੁਕੋ ਕੇ ਅਤੇ ਮਗਰੋਂ ਜਦੋਂ ਹਨੇਰੀ ਲੰਘ ਗਈ ਫਿਰ ਲਿਆਂਦੇ, ਉੱਧਰ ਪਹਿਲਾਂ ਹੋ ਗਿਆ ਸੀ ਅੰਗਰੇਜ਼ੀ 'ਚ। ਅਤੇ ਉਹਦੇ ਲਈ ਜਦੋਂ ਅਸੀਂ ਛੱਡਣ ਗਏ ਹਾਂ, ਸਾਡੇ ਕੋਲ ਕਿਰਪਾਲਾਂ ਵਰਸ਼ੇ ਅੰਬਰ 'ਚ ਛੱਕ ਕੇ ਆਏ ਸੀ। ਹਾਂ, ਅਤੇ ਫਿਰ ਮੈਨੂੰ ਉਹ ਨਹੀਂ ਪਤਾ ਵੀ ਮੇਰੀ ਲੱਕ ਦਾ ਕੀ ਬੰਨਿਆ। ਹਾਂ, ਸਾਰਾ ਵੇਰਵਾ ਦੱਸਦਾ। ਪਤਲੀ ਜਿਹੀ ਚੁੰਨੀ ਸੀ, ਅਤੇ ਮੇਰੇ ਉਹਨਾਂ ਦਾ ਮਤਲਬ ਇਹ ਵੀ ਜੇ ਅਸੀਂ ਬਾਰੇ ਗਏ ਤਾਂ ਇਹਦੇ ਕੋਲ ਰਹਿ ਜੂ,
ਸਰਕਾਰ ਦਾ ਸੀ। ਹਾਂ ਉਹ ਸੇਖੇ ਵਾਲਿਆਂ ਦਾ ਸੀਗਾ। ਜਦੋਂ ਅਸੀਂ ਗਏ, ਅਸੀਂ ਪਹਿਲਾਂ ਛੱਤੇ ਵਾਲੇ ਗਏ ਹਾਂ, ਇੱਕ ਦਿਨ ਤਾਂ ਬਾਟ ਬਾਹਲੀ ਕੀਤੀ ਅਤੇ ਦੂਜੇ ਦਿਨ ਉਹ ਸਾਡਾ ਫੁੱਫੜ ਲੱਗਦਾ ਸੀ ਸੇਖੇ ਵਾਲਾ ਬੁੜਾ, ਜਿਹਦਾ ਪਰਿਵਾਰ ਆ ਇੱਥੇ ਵਿਆਹਿਆ ਵਾ ਸੀ ਅਤੇ ਜ਼ਮੀਨ ਵੀ ਇੱਥੇ ਸੀ, ਸੇਖੇ ਵੀ ਸੀਗੀ, ਉਹ ਕਲੇਮ ਕਲੂਮ ਸਾਰੇ ਮਿਲ ਗਏ ਸੀ ਪੂਰੇ ਹੀ ਆ ਉੱਥੇ ਜ਼ਿਆਦੇ, ਅਤੇ ਉਹਦਾ ਨੇ ਮੇਰੇ ਲੱਕ ਦਾ ਵੱਧਤਾ। ਹਾਂ ਚਲੋ ਅਸੀਂ ਉੱਥੋਂ ਰਾਤ ਨੂੰ ਸੀ ਰਾਤੀ ਗਾਂਹ ਹੋ ਗਏ, ਅਗਲੇ ਦਿਨ ਬਾਟ ਥੋੜ੍ਹੀ ਹੋਈ, ਉਦੋਂ ਅਗਲੇ ਦਿਨ ਗਾਂਹ ਪੱਕਾ ਜਿਹੜਾ ਇੱਕ ਸ਼ਹਿਰ ਸਾਰਾ ਹੀ ਮੁਸਲਮਾਨਾਂ ਦਾ ਪਿੰਡ ਆ, ਰੋਟੀ ਨਹੀਂ ਸਾਨੂੰ ਵੀ ਛੋਲਿਆਂ ਦੇ ਦਾਣੇ ਬਣਾਏ ਹੋਏ ਸੀ ਸਾਡੇ ਕੋਲ, ਅਤੇ ਰਾਤ 'ਚ ਬਣਵਾਲੇ ਸੀ ਉਦੋਂ। ਹਾਂ ਅਤੇ ਅਸੀਂ ਇੱਕ ਦਿਨ ਹੋਰ ਖਾਧੀ ਗਏ ਹਾਂ, ਮਗਰੋਂ ਉਰੇ ਵਾਸੀਆਂ ਖਾਧੀ ਸੀ ਦੋਵਾਂ ਨੇ, ਇਹਨਾਂ ਨੂੰ ਲੁਕੋ ਕੇ ਕਬਾਦ 'ਚ ਇੱਕ ਬਾਰ ਚਲੋ ਗਏ ਅਤੇ ਅਸੀਂ ਉੱਥੋਂ। ਕਿੰਨੇ ਬੰਦੇ ਸੀਗੇ ਜਿਹਨਾਂ ਨੂੰ? ਹਾਂ ਕਿੰਨੇ ਕੁ ਬੰਦੇ ਸੀ ਜਿਹਨਾਂ ਨੂੰ ਛੱਡਣ ਤੁਰੇ ਹੋ ਸੀਗੇ? ਨੌ, ਅੱਠ ਨੌ। ਹਾਂ ਪਿੰਡ ਦੇ ਸੀ, ਸੇਖੇ ਦੇ ਸੀ? ਨਾ ਉਹ ਸੇਖੇ ਵਾਲੇ ਤਾਂ ਵੱਜਦੇ ਆ, ਸਾਡੇ ਪਿੰਡ ਦੇ ਸੀ। ਅੱਛਾ ਸਾਡੇ। ਹਾਂ ਬੱਚੇ ਸੀਗੇ ਆ ਦੂਜਿਆਂ ਘਰਾਂ ਦੇ ਨਾਲ ਮੁੰਡੇ, ਜਿਹੜਿਆਂ ਦਾ ਸੁਨਾਖਤ ਦੀ ਸੀ ਆਉਂਦੀ ਉਹ ਸੀਗੀ ਅੱਠ ਤੋਂ ਸੀਗੇ। ਉਹ ਇਸ ਤੇ ਕਾ ਅੜਜਾੜ ਗਏ ਸੀਗੇ ਵਾਲੇ, ਉਹਨਾਂ 'ਚ ਇੱਕੋ ਹੀ ਦਾੜੀ ਵਾਲਾ ਸੀ ਜਿਹੜੇ ਦਾ ਪਤਾ ਲੱਗਦੇ, ਪਰ ਉਹ ਕਰੂਆ ਇੰਨਾ ਸੀ ਰਾਤ ਦਾ ਦਿਨ ਦਾ। ਜਦੋਂ ਅਸੀਂ ਰਾਤ ਨੂੰ ਤੁਰਦੇ ਸੀ ਅਤੇ ਬਸ ਆ ਧਰੂਤ ਵਾਲੇ ਨੂੰ ਵੇਖ ਕੇ ਉਹਦਾ ਉਦੋਂ ਕਹਿੰਦੇ ਸੀ ਆਪਾਂ ਉੱਕ ਗਏ। ਹੋਰ ਅਸੀਂ ਜਾਣਾ ਤਾਂ ਸੀ ਸੱਜੇ ਹੱਥ ਅਤੇ ਅਸੀਂ ਹੋਰ ਦੇ ਖੱਬੇ ਪੈ ਗਏ, ਅਤੇ ਉਹ ਕਹਿੰਦਾ ਵੀ ਆਪਾਂ ਅਸੀਂ 4-5 ਮੀਲ ਉੱਥੇ ਹੀ ਕਰਤੀ ਹੈਗਾ, ਬਾਠ ਨਾ ਘੱਟ ਗਈ। ਇਹੋ ਜਿਹੇ ਹਾਲਤ ਤਾਂ ਹੋਏ। ਇੱਕ ਤਾਂ ਅੱਗਾ ਗੱਡੀ ਖੜ ਗਈ, ਉਹ ਤਾਂ ਉਈ ਖੜ੍ਹੀ, ਅਤੇ ਇੱਕ ਪੁਲ ਸੀ ਬਾਹਲਾ ਵੱਡਾ, ਉੱਥੇ ਹੱਡੀਆਂ ਹੱਡੀਆਂ ਜਿਹੀਆਂ ਪਈਆਂ ਸੀ, ਅਤੇ ਅਸੀਂ ਉਹਦੇ ਪੁਲ ਦੇ ਹੇਠਾਂ ਵੀ ਲੁਕੇ ਹਾਂ। ਗੱਡੀ ਖੜ੍ਹ ਗਈ ਜਦੋਂ, ਅਸੀਂ ਆਖਿਆ ਕਿਤੇ ਇਹਨਾਂ ਨੂੰ ਪਤਾ ਲੱਗ ਗਿਆ। ਹਾਂ ਇਹੋ ਜਿਹਾ ਕੁਛ ਤਾਂ ਹੋਇਆ। ਫਿਰ ਗਾਂ ਅਸੀਂ ਜਦੋਂ ਉੱਥੇ ਵਿਜਾਵਲੇ ਕੋਠੇ ਨਹਿਰ ਦਾ ਸਾਧੂ ਸੀ ਵੀ ਇੱਥੇ ਜੀ ਪਹਿਰਾ ਲੱਗਦਾ ਹੋਊ, ਅਤੇ ਵੀ ਡੰਗਾ ਗਏ ਕਿ ਵੀ ਜਦੋਰ ਵੀ ਨਹੀਂ ਪਾਣੀ ਪੀਂਦਾ ਪੀ ਸਕਦਾ, ਅਤੇ ਉਹਦਾ ਪਤਾ ਲਿਆ ਵੀ ਅਰੇ ਬੈਠੋ ਅਸੀਂ ਵਰਤਾਂ ਦਾ ਬਹਿ ਲਿਆਉਂਦਾ ਪਤਾ। ਇਹ ਦੋ ਜਣੇ ਉੱਠ ਗਏ, ਇਹ ਅਰੇ ਜੀ ਰਾਤ ਦਾ ਤਾਂ ਪਤਾ ਨਹੀਂ ਅਤੇ ਇਸ ਟਾਈਮ 'ਤੇ ਹੈ ਹੀ ਨਹੀਂ, ਅਤੇ ਆਪਾਂ ਚੱਲੋ ਆ ਕੇ ਉੱਥੋਂ ਭੱਜਿਆ 3 ਮੀਲ। ਇਹੋ ਜਿਹੇ ਕੱਬਾਂ ਨੂੰ ਬੜਾ ਤਕੜਾ ਸੀ ਭੱਜਣ ਭਜਾਉਣ ਨੂੰ, ਆ ਕੇ ਸਾਧੂ ਲੈ ਗਿਆ। ਅਤੇ ਉੱਥੇ ਨਾਲ ਹੀ ਖੱਬੇ ਹੱਥ ਨਹਿਰ 'ਚੋਂ ਪਾਣੀ ਪੂਣੀ ਲੈਂਦੇ ਆ ਪਿੰਡ ਪੀਣ ਵਾਲਾ, ਪਤਾ ਨਹੀਂ ਕਿਵੇਂ ਉਹ ਕੱਢਦੇ ਸੀ। ਉੱਥੇ ਡਿੱਗੀ ਅਤੇ ਪਾਣੀ ਲੈਣ ਆਈਆਂ ਬੁੜੀਆਂ, ਉਹ ਆਦੀਆਂ ਵੀ ਆਹ ਇੱਧਰ ਤੋਂ ਸਿੱਖ ਕਿਵੇਂ ਆਉਂਦੇ ਆ, ਅਤੇ ਉਹ ਆਦੀਆਂ ਭਾਈ ਡਰੋ ਤਾਂ ਨਾ ਇੱਥੇ ਮਾਰਦਾ ਨਹੀਂ ਸਾਡੇ ਕੋਈ, ਅਤੇ ਉਹ ਖੜ੍ਹੇ ਵੇਹਦੇ ਸੀ ਕੋਠੇ ਵਾਲੇ, ਮਿਸਤਰੀਆਂ ਦਾ ਹੀ ਆ ਸਾਰਾ ਪਿੰਡ ਉਹ, ਅਤੇ ਉਹਨਾਂ ਨੇ ਵੇਖਿਆ ਵੀ ਇਹ ਉੱਥੇ ਗੱਲ ਬੁੜੀਆਂ ਕੀ ਆ, ਅਸੀਂ ਉਹ ਖੜ੍ਹੇ ਵੇਖ ਕੇ ਅਤੇ ਅਸੀਂ ਉਹਨਾਂ ਨੇ ਜਾ ਗਏ। ਉਹ ਅਰੇ ਇੱਧਰ ਆਉਂਦੇ ਹਾਂ ਅਤੇ ਇੱਧਰ ਕੀ ਲੈਣਾ ਉਹਦਾ, ਉੱਥੇ ਝੂਠ ਮਾਰਿਆ। ਅੱਛਾ। ਹਾਂ ਅਗੇ ਜੀ ਸਾਨੂੰ ਫੋਨ ਲੱਗਿਆ ਬਈ, ਸਾਨੂੰ ਪਤਾ ਲੱਗਿਆ ਬਈ ਸਾਡੇ ਬੰਦੇ ਆਉਂਦੇ, ਅਸੀਂ ਸਮਾਨ ਫੜਾ ਗਏ ਇੱਥੇ। ਅੱਛਾ। ਹਾਂ ਅਤੇ ਉਹ ਐਂ ਕੀਤੀ ਐਂ ਕਰੇ, ਇਹ ਅੱਖ ਨੀਵੀਂ ਕਰ ਲਿਆ ਕਰਨ, ਪਰ ਨਹੀਂ ਜੀ ਆਹ ਤਾਂ ਮੁਸਲਮਾਨ ਆ ਤੁਸੀਂ ਦੋ ਸਿੱਖ ਆ। ਸਰਪੰਚਾਂ ਦਾ ਲਾਲ ਸੀ ਉਹ, ਸਰਪੰਚ ਸੀ ਉਹਦੇ। ਕਿਹੜੇ ਪਿੰਡ ਦੀ ਗੱਲ ਆ? ਕੋਠਾ ਜਿਹੜਾ ਹੱਦ ਤੇ ਆ ਜਿੱਥੋਂ ਦੀ ਨਿਗਾਏ ਆ। ਹਾਂ ਮੈਂ ਉਹ ਦੱਸਦਾ ਜਿਵੇਂ ਜਿਵੇਂ ਲਫ਼ਜ਼ ਹੋਏ। ਹਾਂ ਦੂਜੀ ਦਾ ਉਹ ਨਹੀਂ ਜੀ, ਅਸੀਂ ਆਖਿਆ ਜੀ ਪਲੇ ਇਕੱਠੇ ਸੀ, ਉਹ ਆਹਦਾ ਫਿਰ ਆਹ ਤੁਹਾਨੂੰ ਮਾਰ ਦੇਣਗੇ ਜਾਂ ਤਾਂ ਇਹੀ ਮਾਰ ਦੇਣਗੇ, ਅਤੇ ਨਹੀਂ ਆ ਬਲੈਟਰੀ ਇੱਧਰ ਮੁਸਲਮਾਨਾਂ ਦੀ ਆ ਇੱਧਰ ਸਿੱਖਾਂ ਦੀ ਆ, ਅਤੇ ਤੁਸੀਂ ਇਹਨਾਂ ਨੂੰ ਜਾਣ ਦਿਓ। ਅਸੀਂ ਆਖਿਆ ਵੀ ਇਹਨਾਂ ਨੂੰ ਖੋ ਖਾ ਦਾ ਨਾ ਲੈਣ, ਨਹੀਂ ਜੀ ਅਸੀਂ ਚੱਲ ਸਾਨੂੰ ਕੋਈ ਨਹੀਂ ਅਸੀਂ ਮੁੜਦੇ ਹਾਂ, ਉਹਦਾ ਚੰਗਾ ਕੋਠੇ 'ਤੇ ਚੜ੍ਹ ਕੇ ਤੁਹਾਨੂੰ ਬਲੈਟਰੀ ਵਿਖਾਓ ਇਹਨਾਂ ਨੂੰ।
ਸਾਨੂੰ ਦੋ ਨੂੰ ਮਿਲਟਰੀ ਵਿਖਾਤੀ ਵੀ ਆਹ ਤਾਂ ਸਿੱਖਾਂ ਦੀ ਆ, ਤੁਸੀਂ ਕਿਹੜੇ ਸਾਧਨ ਜਾਓਗੇ, ਇੱਧਰ ਮੁਸਲਮਾਨਾਂ ਦੀ ਆ। ਇੱਕ ਖਾਲਜਾ ਸੀ, ਉਹ ਆਹਦੇ ਪਹਿਲੀ ਵੱਟ ਆ, ਉਹ ਹੱਦ ਆ ਆਪਣੀ, ਮੋਗਾ ਆਪਣੇ 'ਚ ਆ, ਅਤੇ ਉੱਥੋਂ ਅਤੇ ਤੁਸੀਂ ਉਹ ਪੱਕੇ ਨਿਸ਼ਾਨੀਆਂ, ਅਤੇ ਪਹਿਲੇ ਪਾਸੇ ਪਿੰਡ ਵੀ ਨੇੜੇ ਆਉਂਦੇ। ਹਾਂ, ਅਸੀਂ ਉੱਥੋਂ ਦੀ ਇੱਕ ਖਾਲਜਾ ਪੈ ਕੇ ਅਤੇ ਬਾਜਰੇ ਜੇ ਸੀਗੇ, ਅਸੀਂ ਜਾ ਕੇ ਅਤੇ ਉੱਥੇ ਦੀ ਉੱਥੇ ਉਹਨਾਂ ਨੇ ਖੋਲ੍ਹਿਆ ਮੇਰੇ ਲੱਕ ਨੂੰ, ਮੈਨੂੰ ਨਹੀਂ ਪਤਾ ਕੀ ਆ। ਹਾਂ, ਅਤੇ ਹਾਂ, ਇੱਕ ਰੋਣੋਂ ਨਾ ਹਟੇ ਜੀਜ, ਇੱਕ ਵਜ਼ੀਰ ਸੀ, ਇੱਕ ਜੀਜ ਸੀ, ਇੱਕ ਦਾ ਨਾ ਵਕੀਲ ਸੀ, ਤਿੰਨ। ਹਾਂ, ਅਤੇ ਉਹ ਰੋਣੋਂ ਨਾ ਹਟੇ, ਉਹ ਦੂਜੇ ਆਖਰ ਤੂੰ ਮਰਾਏਗਾ ਸਾਰਿਆਂ ਨੂੰ। ਹਾਂ, ਉਹ ਜਦੋਂ ਅਸੀਂ ਨਿਖੜੇ, ਉਹ ਹੁਣ ਘੱਟ ਉਮਰ ਦਾ ਐਡਾ ਕ ਬੱਚੇ ਨੇ ਆਖਣਾ ਵੀ ਇਹ ਉਹ ਰੋਵੇ ਜਦੋਂ ਨਿਖੜੇ, ਉਹ ਵੀ ਉਹਨਾਂ ਨੇ ਸਾਨੂੰ ਸੁਣਦਾ ਰਿਹਾ। ਅਸੀਂ ਖੜ ਕੇ ਥੋੜ੍ਹਾ ਜਿਹਾ ਚਿਰ ਮੇਰੇ ਨੇ ਸੋ, ਫਿਰ ਉਦੋਂ ਮਗਰ ਉਹਨਾਂ ਨੇ ਚੁੱਪ ਕਰਾਇਆ ਉਹਨੂੰ, ਬਈ ਆਇਆ ਹੋਊ ਜੋ ਹੋਊ। ਇਸ ਟਿਕਾ ਦਾ ਉਹ ਕੇਸ ਆ ਜਿਹੜਾ ਵੇਖਿਆ ਗਿਆ। ਇੱਥੇ ਜਿਹੜਾ ਗਿੱਲੀ ਹੋਇਆ ਸੀ, ਉਹ ਇੱਕ ਕਿਤਾਬ ਪੜ੍ਹਦਿਆਂ ਤੋਂ ਤਾਂ ਫਿਰ ਹਾਂ, ਇੱਕ ਇਹਨਾਂ ਦੀ ਬਾਈ ਦਾ ਮਰੀ ਪਈ ਦਾ ਦੁੱਧ ਚੁੰਘੀ ਜਾਂਦਾ ਸੀ, ਚੌਥਾ। ਹਾਂ, ਉਹ ਕਈ ਇੱਕ ਵਾਰੀ ਫਿਰ ਉਹ ਗੱਲ ਨੂੰ ਛੱਡਣਾ ਪੈਂਦਾ ਪਰਿਵਾਰ 'ਚ। ਹਾਂ, ਉਹ ਹਾਲਤ ਇਹ ਜੀ ਸੀ ਬਾਬਾ, ਜਿਹਨਾਂ ਨੂੰ ਤੁਸੀਂ ਛੱਡ ਕੇ ਆਏ ਸੀ। ਹਾਂ, 8-9 ਤਕਰੀਬਨ ਬੱਚੇ ਸੀ ਸਾਰੇ ਨਾ ਜੀ, ਬੱਚੇ ਨਿਆਣੇ। ਹਾਂ, ਉਹਨਾਂ ਦੇ ਮਾਂ ਪਿਓ ਮਾਰੇ ਜਾ ਚੁੱਕੇ ਸੀ? ਨਹੀਂ, ਵਿੱਚ ਜਾਵੜੇ ਵਿੱਚ ਸੀਗੇ। ਇੱਕ ਤਾਂ ਇਹਨਾਂ ਦਾ ਚਾਚਾ ਤਤਾਇਆ ਲੱਗਦਾ ਸੀਗਾ ਸਾਡਾ, ਅਤੇ ਉਹ ਤਾਂ ਇੱਥੇ ਫੇਰ ਵੀ ਆਇਆ, ਇੱਥੇ ਰਹਿ ਕੇ ਗਿਆ 2-3 ਮਹੀਨੇ। ਹਾਂ, ਉਹ ਸਾਰਾ ਕੁਛ ਹੀ ਬਣ ਜਾਂਦਾ ਸੀ, ਉਹਨੇ ਪਤਾ ਲਿਆ ਵੀ ਕੁੜੀਆਂ ਕਿੱਥੇ ਆ। ਹੁਣ ਮੈਂ ਕੁਛ ਲਫ਼ਜ਼ ਛੱਡੇ ਹੋਏ ਆ ਤੁਹਾਨੂੰ ਜਿਹੜੇ ਦੱਸੇ ਸੀ, ਅਤੇ ਹੁਣ ਦੱਸ ਵੀ ਦਿੰਦਾ। 4 ਕੁੜੀਆਂ ਸੀ, ਉਹ ਆਉਂਦੀਆਂ ਸੀ, ਬਾਈ ਸਾਨੂੰ ਕਿਸੇ ਨੇ ਮਾਰਦਾ ਨਹੀਂ, ਖੋਣਗੇ ਅਤੇ ਸਾਡੇ ਇੱਕ ਇੱਕ ਕਿਰਪਾਨ ਮਾਰ ਦਿਓ, ਅਸੀਂ ਭੱਜ ਕੇ ਤੁਹਾਡੇ ਨਹੀਂ ਆਵਾਂਗੀਆਂ। ਆਹ ਆਹ ਵੀ ਵਾਪਰੀਆਂ ਹੁਣ ਜਿਹੜੀਆਂ ਅਸੀਂ ਫਿਰ ਉਗਾਂ ਸਾਰੀ ਗੱਲ ਜੀ, ਉੱਥੇ ਛਾਲ 'ਚ ਫਰਕ ਪੈਂਦਾ ਸੀ ਜੇ ਅਸੀਂ ਗੱਲ ਕਰਦੇ ਹਾਂ, ਉਹ ਨਹੀਂ ਸੀ ਕਰਦੇ। ਉਹ ਹੋਈ ਉਵੇਂ ਹੀ, ਫਿਰ ਉਹ ਪੁਲਿਸ ਵਿੱਚ ਦੀ ਹੋ ਕੇ ਪੁਲਿਸ ਵਾਲਿਆਂ ਤੋਂ ਕਸੂਰ ਨਿਕਲੀ, ਕੱਟੂ ਵਾਲੇ ਦੇ ਲੈ ਗਏ ਸੀ 2 ਘਰ। ਫਿਰ ਇੱਕ ਬੁੜੀ ਨੂੰ 20 ਰੁਪਈਏ ਦਿੱਤੇ, ਜਦੋਂ ਆਪਣਾ ਬਟਾਦਰਾ ਹੋਇਆ ਸੀ ਆਪਾਂ ਵੀ ਲਿਆਉਂਦੇ ਸੀ ਅਤੇ ਉਹ ਵੀ ਆਉਂਦੇ ਸੀ, ਪੱਕਾ ਪਤਾ ਲੈ ਕੇ ਉਹ ਬੁੜੀ ਨੇ ਵੀ ਤੁਸੀਂ ਉਹ ਸਿਖਾ ਦਿਓ, ਕੁੜੀਆਂ ਨੂੰ ਕਹੀ ਦਿਓ ਦੁਨੀ ਘਰੀ ਜਾ ਕੇ ਵੀ ਅਸੀਂ ਤਾਂ ਜਾਣਾ ਹੀ ਨਹੀਂ, ਸਾਡੇ ਵਰਗੇ ਸਾਰੇ, ਅਤੇ ਨਹੀਂ ਤੁਹਾਨੂੰ ਲੁਕੋ ਦੇਣਗੇ ਭਾਲਾਂਗੇ ਕਿੱਥੋਂ। ਹਾਂ, ਲੁਕੋ ਦਿੰਦੇ ਸੀ ਨਾ ਉਹ ਭਾਈ। ਬੁੜੀ ਨੇ ਸਾਡੇ 20 ਰੁਪਈਏ ਪੂਰੇ ਖਰੇ ਕੀਤੇ। ਹਾਂ, ਅਤੇ ਜਦੋਂ ਤੁਸੀਂ ਪੁਲਿਸ ਆ ਉਦੋਂ ਕਹਿੰਦੇ ਹੋ ਰਹਿਣਾ ਨਹੀਂ, ਉਹ ਜਾਵੜ ਗਿਆ ਉੱਧਰ। ਦੇਖੋ ਜੀ ਕਿਸ ਤਰ੍ਹਾਂ ਦੇ ਇਨਸਾਨ ਪਏ ਇਸ ਧਰਤੀ 'ਤੇ। ਇਹ ਇਸ ਟਿਕਾ ਦੀ ਜਿਹੜੀ ਉਹ ਇੱਕ ਅਸੀਂ ਚਿੱਠੀ ਲਿਖਤੀ ਕਿਹਾ, ਮੈਂ ਲਿਖਾ ਕੇ ਇੱਥੋਂ ਦੇ ਤੀ, ਉਹ ਸ਼ੀਸ਼ੇ ਜੜਾਈ ਵੀ ਆ ਮੇਰੇ ਸੀਗੀ, ਹੁਣ ਤੱਕ ਭਾਵੇਂ ਕੱਢਤੀ ਹੋਵੇ ਉੱਧਰੋਂ। ਅਤੇ ਉਹ ਆਹਦੇ ਬਾਈ ਜਿਵੇਂ ਜਿਵੇਂ ਸਾਡੇ ਤਾਂ ਹੋਈ ਸੀ ਉਵੇਂ ਲਿਖਤੀ, ਅਤੇ ਉਹ ਆਹਦਾ ਕੁਛ ਗੱਲਾਂ ਛੱਡ ਕੇ ਅਸੀਂ ਅਗਲੀ ਪੀੜ੍ਹੀ ਨੂੰ ਸੋ ਲਿਓ, ਗੱਲਾਂ ਆਹ ਛੱਡਣ ਵਾਲੀਆਂ ਸੀ, ਅਤੇ ਅਸੀਂ ਉਹਦੇ ਹੈਂਟੀ ਦਿੱਤੇ ਸੀ ਊਂ ਸਾਰੀ ਗੱਲ ਦੀ ਸੀ ਲਿਖਾਈ। ਉੱਥੇ ਛਾਲ 'ਚ ਫਰਕ ਪੈਂਦਾ ਨਾ, ਹਾਂ ਜਿਹੜੀ ਫਰੋਲਣ 'ਚ ਅਸੀਂ ਇਹ ਤਾਂ ਵਾਪਰੀ ਵੀ ਗੱਲ ਤਾਂ ਅੰਦਰ ਖਾਂਦੇ ਹਾਂ। ਅਤੇ ਚਾਰੇ ਕੁੜੀਆਂ ਚਲ ਗਈਆਂ, ਚਾਰੇ ਜਾਵੜੀਆਂ ਉੱਥੇ। ਹਾਂ ਹਾਂ, ਚਾਰੇ ਕੁੜੀਆਂ 'ਚ ਗਈਆਂ ਉੱਥੇ, ਇੱਕ ਕੁੜੀ ਹੋਰ ਦਿਖੜੀ ਸੀ ਉਹ ਹੈਗੀ ਬਠਿੰਡੇ। ਹਾਂ, ਉਹ ਕੁੜੀ ਪਹਿਲਾਂ ਉਹਨਾਂ ਵਿੱਚ ਨਹੀਂ ਸੀ ਸਾਡੇ ਨਾਲ, ਉਹ ਕੋਈ ਮਿਲ ਕੇ ਆਏ ਆ, ਇੱਥੇ ਆ ਕੇ ਗਈ ਆ। ਹਾਂ, ਕਿਸੇ ਪਿੰਡ ਦੀ ਧੀ? ਹਾਂ ਹਾਂ ਹਾਂ, ਹਾਲੇ ਹੈਗੀ ਆ। ਹਾਂ, ਬਠਿੰਡੇ ਆ, ਮਰ ਗਈ। ਹਾਂ ਹਾਂ, ਉਹ ਆ ਕੇ ਗਈ ਆ ਬਾਬਾ ਜੀ। ਇਹ ਉਸ ਵੇਲੇ ਕਈ ਬੰਦੇ ਕਤਲ ਕਰ ਰਹੇ ਸੀ ਮਜ਼ਲੂਮਾਂ ਦਾ, ਤੁਸੀਂ ਉਸ ਵੇਲੇ ਮਦਦ ਕੀਤੀ, ਇਹ ਕਿੱਥੋਂ ਤੁਹਾਨੂੰ ਤਾਕਤ ਮਿਲੀ?
ਤਰਸ ਸਾਨੂੰ ਵੱਧ ਤਾਂ ਮਿਲੀ ਆ ਅੰਮ੍ਰਿਤ ਜਦੋਂ ਛਕਿਆ ਨਾ ਨੌਵੀਆਂ ਬੰਦਿਆਂ ਨੇ, ਉਹ ਸੀਗਾ ਤਰਨੇ ਦਲ ਦਾ ਨੌਜਵਾਨ ਜਥੇਦਾਰ, ਉਹਨੇ ਉਹ ਆਦਾ ਜੇ ਜ਼ੁਲਮ ਰੋਕਿਆ ਤਾਂ ਨਾ ਜਾਵੇ ਅਤੇ ਜ਼ੁਲਮ ਦੇ ਮਗਰ ਨਾ ਖੜੋ। ਆਹ ਉਹਦਾ ਪ੍ਰਚਾਰ ਸੀ। ਜੇ ਤੁਸੀਂ ਉਹ ਵਾਲਾ ਜੇ ਜ਼ੁਲਮ ਰੋਕੀ ਦਾ ਨਹੀਂ ਨਾ ਤੇ ਜ਼ੁਲਮ ਦੇ ਮਗਰ ਖੜ ਲੰਘਦਾ। ਬਸ ਆਹ ਸਬਕ ਸੀਗਾ। ਤੇ ਦੂਜਾ ਪਾਰਟੀ ਦਾ ਇਹਦਾ ਫੈਸਲਾ ਇਹ ਸੀ, ਹੁਣ ਇਸ ਪਿੰਡ ਦੇ ਵਿੱਚ ਤਾਂ ਸਾਰਿਆਂ ਦਾ ਸਮਾਨ ਇੱਕ ਧਰਮਸ਼ਾਲਾ 'ਚ ਰੱਖ ਲਿਆ ਸੀ ਬੁਰਜ ਵਾਲਿਆਂ ਨੇ, ਅਤੇ ਜਿਹੜੇ ਉਹਨਾਂ 'ਚੋਂ ਬਚ ਗਏ ਸੀਗੇ ਬਾਹਰ ਜਾਂਦੇ ਮਾਰੇ ਮੂਰੇ ਗਏ ਉਹਨਾਂ ਨੂੰ ਨੇ ਸੰਭਾਲਤਾ। ਹਾਂ ਉਹ ਇਹੋ ਜਿਹਾ ਕੁਛ ਘਟੀਆ ਜੀ ਬਾਤਾਂ, ਜਿਹੜੇ ਚੰਗੇ ਕਹਾਉਂਦੇ ਬੰਦੇ ਸੀ ਉਹਨਾਂ ਵਿੱਚ ਵੀ ਕੁਛ ਨਹੀਂ ਨਿਬੜਿਆ ਵਾ ਉਸ ਵੇਲੇ। ਹਾਂ ਕਦੀ ਕੋਈ ਮੁੜ ਕੇ ਵੀ ਮਿਲਿਆ ਜੀ? ਹੈਂ ਜਿਨ੍ਹਾਂ ਨੂੰ ਬਚਾ ਕੇ ਭੇਜਿਆ ਸੀ ਕਦੀ ਕੋਈ ਮੁੜ ਕੇ ਮਿਲਿਆ? ਚਿੱਠੀ ਆਈ ਕੋਈ? ਅਸੀਂ ਤਾਂ ਚਿੱਠੀ ਤਾਂ ਆਉਂਦੀ ਆਉਂਦੀ ਸੀ, ਬਚਾ ਸਾਡਾ ਮੌਲਵੀ ਤਾਂ ਉਹਨਾਂ ਕੋਲ ਹੀ ਜਾਂਦਾ ਸੀ, ਸਰੋਪੇ ਤਾਂ ਉਹ ਭੇਜਦੇ ਸੀ। ਜਿਹੜੀ ਤੁਸੀਂ ਸਿਰ 'ਤੇ ਪੱਗ ਬੰਨੀ, ਹਾਂ ਇਹ ਤਾਂ ਉਹ ਪੱਗ ਹੋਰ ਆ, ਆਹ ਸਰੋਪਾ ਬੱਕੇ ਦਾ। ਮੱਕੇ ਦਾ ਜੀ? ਇਹ ਬੱਕੇ ਦਾ ਇਹਨਾਂ ਦਾ। ਹਾਂ ਤੁਸੀਂ, ਹਾਂ ਉਹ ਪੱਗਾਂ ਹੋਰ ਆ, ਉਹ ਪੱਗ ਆ ਹੋਰ ਆ ਤੁਸੀਂ। ਹਾਂ ਜਿਹੜੀ ਕਿ ਦੂਜੀ ਹੋਰ ਜਿਹੜਾ ਖੂਨ ਦਾ ਕਨੈਕਸ਼ਨ ਉਹ ਕਿਹੋ ਜਿਹਾ ਸੀ, ਜਿਹੜਾ ਭਾਈਚਾਰਾ ਸਾਡਾ ਉਹ ਇਉਂ ਸੀ ਵੀ ਇਹਨਾਂ ਮੁੰਡਿਆਂ ਦੀ ਮਾਂ ਮਰੀ ਆ ਅਤੇ ਮੌਲਵੀ ਨੂੰ ਕੋਲੇ ਸੱਦ ਕੇ ਫਿਰ ਮਰੀ ਆ, ਪਾਲਿਆ ਅਸੀਂ ਹਾਂ। ਤੁਸੀਂ ਗੱਲ ਬਿਜਲੀ ਗੱਲ ਤੁਹਾਨੂੰ ਦੱਸਦਾ ਨਾ, ਕੋਲੇ ਸੱਦ ਕੇ ਫਿਰ ਮਰੀ ਆ। ਹਾਂ ਸਾਰਿਆਂ ਦੀ ਸੋਚ ਬਣੀ ਵੀ ਸੀ ਉਵੇਂ। ਹਾਂ ਜਿਹੜੀ ਕਿ ਜਿਹੜਾ ਸਮਾਨ ਸੀਗਾ ਉਹ ਇੱਥੇ ਰੱਖ ਕੇ ਅਤੇ ਊ ਇੱਥੇ ਹੀ ਰਹਿੰਦੇ ਸੀ, ਉਹ ਇੱਧਰ ਸੀਗੇ 10 ਸਾਲ ਤਾਂ ਬਬਲੀ ਅਸੀਂ ਇੱਥੇ ਬਾਹੀ ਇਕੱਠੇ ਇੱਥੇ ਮੇਰੇ ਨਾਲ ਹੀ ਸੀਗੇ। ਹਾਂ ਉਹ ਇੱਥੇ ਹੀ ਵਿਆਹ ਹੈ ਤਾਂ ਇੱਥੇ ਆ। ਹਾਂ ਇੱਧਰਲੇ ਘਰ ਹੀ ਮੇਰੇ ਕੋਲ ਹੀ ਉਹ। ਹੁਣ ਫਿਰ ਤੁਸੀਂ ਉਹਨਾਂ ਦੀ ਗੱਲ ਮੈਂ ਦੱਸਦਾ ਨਾ ਵੀ ਉਸ ਵੇਲੇ ਮਸੀਤ 'ਤੇ ਕਬਜ਼ਾ ਸੀ ਕਿਸੇ ਦਾ, ਉਹ ਵੀ ਵਾਪਸ ਲੈ ਲਿਆ। ਹੋਰ ਜਿਹੜੇ ਸੀ ਫਿਰ ਉਵੇਂ ਉੱਧਰ ਨੂੰ ਹੋ ਗਏ। ਮਨ ਨੂੰ ਪੂਰੀ ਸੰਤੁਸ਼ਟੀ ਆ ਵੀ ਉਸ ਵੇਲੇ ਅਸੀਂ ਇਨਸਾਨ ਬਣੇ ਰਹੇ। ਹਾਂ ਮਤ ਕੀਤੀ। ਹਾਂ ਇਸ ਗੱਲ ਦੀ ਤੁਹਾਨੂੰ ਖੁਸ਼ੀ ਅਤੇ ਮਾਣ ਹੋਣਾ ਚਾਹੀਦਾ। ਉਹ ਦੂਜੀ ਇੱਕ ਉੱਥੇ ਨਹੀਂ ਫਿਰ ਜਿਹੜੇ ਪਿੰਡਾਂ 'ਚ ਵੀ ਸਮਝੌਤੇ ਆ ਕਈਆਂ 'ਚ ਉਹ ਵੱਡੀ ਪੱਧਰ 'ਤੇ ਕਰਾਏ ਵੇ ਆ। ਬਾਬੇ ਦੀ ਬੀੜ ਸਾਹਿਬ 'ਤੇ ਮੇਰਾ 30 ਘੰਟੇ ਦਾ ਵਰਤ ਰੱਖਿਆ ਵਾ ਉੱਥੇ ਗੁਰਦੁਆਰੇ 'ਚ। ਥੋੜ੍ਹਾ ਇਲਾਕੇ ਬਾਰੇ ਵੀ ਦੱਸ ਦਿਓ, ਨੇੜੇ ਨੇੜੇ ਕਿੱਥੇ ਕਿੱਥੇ ਜ਼ਿਆਦਾ ਵਾਰਦਾਤਾਂ ਹੋਈਆਂ, ਕਿਹੜੇ ਕਿਹੜੇ ਪਿੰਡ ਤਕੜੇ ਸੀ ਮੁਸਲਮਾਨਾਂ ਦੇ, ਕੋਈ ਨਾਂ ਤਕੜੇ, ਕੋਈ ਤਕੜੇ ਬੰਦੇ? ਤਕੜੇ ਤਾਂ ਮੈਂ ਤੁਹਾਨੂੰ ਦੱਸਿਆ ਠੂਰ ਵਾਲੇ ਵਾਲਿਆਂ ਨੇ ਤਕੜੇ ਸੀ, ਅਤੇ ਦੂਜੇ ਤਾਂ ਜਿਹੜੇ ਬੰਦੇ ਆ ਕੇ ਕੋਈ ਹੋਂਦ ਵਿਖਾ ਕੇ ਗਏ ਆ ਉੱਧਰੋਂ ਫੇਰ ਵੀ। ਹੁਣ ਸਾਰਿਆਂ ਨੂੰ ਅਹਿਮ ਦੀ ਗੱਲ ਆ, ਫਿਰ ਉਹ ਮਾਰਿਆ ਗਿਆ ਬੰਤ ਚੱਠਾ ਅਤੇ ਮਕਾਨ ਆਈ ਆ ਉੱਥੋਂ। ਤੁਸੀਂ ਇੱਕ ਗਦੇਣ ਨਹੀਂ, ਕਿੱਥੋਂ ਆਈ? ਪਾਕਿਸਤਾਨ 'ਚੋਂ। ਉਹ ਬੱਲੇ ਬੱਲੇ ਦੋ ਬੁੱਢੀਆਂ ਅਤੇ ਇੱਕ ਜਿਹੜਾ ਸਾਡਾ ਫੁੱਫੜ ਸੀ ਉਹ ਆ ਕੇ ਗਿਆ। ਤੁਸੀਂ ਹੁਣ ਤੁਸੀਂ ਦੇਖ ਲਓ ਵੀ ਲਾਈਕ ਕਿਹੜੇ ਢੰਗ ਦੇ, ਕਿਵੇਂ ਮਰਨ ਤੋਂ ਜਾਂ ਮਰਾਉਣ ਤੋਂ ਕੋਈ ਇਹ ਉਹਨਾਂ ਦਾ ਵੱਡਾ ਦੇਣ ਆ। ਹਾਂ ਬੀਬੀਆਂ ਪਾਕਿਸਤਾਨ 'ਚੋਂ ਆਈਆਂ ਅਫਸੋਸ ਲਈ, ਹਾਂ ਮਕਾਨ ਲੈ ਕੇ, ਕਿ ਉਹ ਬੰਦਾ ਤੁਰ ਗਿਆ ਜਿਹਨੇ ਸਾਨੂੰ ਬਚਾਇਆ ਸੀ ਜਿਹੜਾ ਕਿ ਉਹ ਤਾਂ। ਹਾਂ ਜਿਹੜਾ ਉਹ ਮਕਾਨ ਆਏ ਨਾ ਜਦੋਂ ਉਹ ਮਾਰਿਆ ਗਿਆ ਸੀ ਇੱਥੇ, ਪਹਿਲਾਂ ਉਹਨੇ ਕਤਲ ਕੀਤਾ ਸੀ ਅਤੇ ਫਿਰ ਉਹਨੂੰ ਮਾਰਤਾ ਸੀ ਦਿਵਾਲੀ ਵਾਲੇ ਦਿਨ, ਅਤੇ ਉਹ ਮਕਾਨ ਆਏ 3 ਜਣੇ ਅਤੇ ਵਿੱਚ ਦੀ ਸਾਰੇ ਨਹੀਂ ਨਾ ਹੁੰਦੇ, ਉਹਨੂੰ ਫੜਾ ਤਾ ਬੁੱਢੇ ਨੂੰ। ਇੱਕ ਸਾਡੀ ਭੂਆ ਲੱਗਦੀ ਸੀ ਜਿਹੜੀ ਉਹਦੇ ਘਰੋਂ, ਇੱਕ ਵੱਡੀ ਬੁੱਢੀ ਸੀ, ਉਹ 3 ਆਏ ਸੀ ਮਕਾਨ ਫੜਾ ਤਾ। ਅਤੇ ਪਰ ਉਹਦੇ ਬਾਰੇ ਹੋਇਆ ਕੀ ਇਹ ਅੱਖ ਇੱਧਰ ਆ ਵੀ 3 ਮਹੀਨਿਆਂ ਦੀ ਸਜ਼ਾ ਹੋ ਗਈ ਕਰੀ ਜਾਣ, ਅਤੇ ਅਸੀਂ ਤਾਂ
ਦੂਜੇ ਦਿਨ ਹੀ ਛੱਡਾ ਲਿਆ ਸੀ। ਅੱਛਾ, ਫਿਰ ਅਸੀਂ ਉਹ ਆਖਦੀ ਗਏ ਵੀ 3 ਮਹੀਨੇ ਦੀ ਸਜ਼ਾ, ਤੁਸੀਂ ਗੱਲ ਨੀ ਨਾ ਸਮਝੇ। ਠੀਕ ਹੈ, ਹੁਣ ਅਸੀਂ ਆਖਰੀਏ ਹਾਂ, ਅਸੀਂ ਉਵੇਂ ਜਿਵੇਂ ਚੁੱਪ ਕਰ ਜਾਂਦੇ, ਉਵੇਂ ਤੁਸੀਂ ਛਡਾ ਕੇ ਦੂਜੇ ਦਿਨ ਭੇਜ ਦਿੱਤੇ ਹੋ। ਉਹ ਇਉਂ ਕਿਹਾ ਜੀ ਇਹ ਆਪਦੇ ਜਵਾਕ ਭਾਲਦਾ ਫਿਰਦਾ, ਇਹ ਆਪਦੇ ਜਵਾਕ ਭਾਲਦਾ, ਇਹਦੇ ਜਵਾਕ ਰੁੜ ਗਏ, ਉਹ ਥਾਣੇਦਾਰ ਨੇ ਛੱਡਤਾ। ਇਹ ਕਿਹੜੇ ਸਨ ਦੀ ਗੱਲ ਆ ਜੀ? ਉਦੋਂ ਕਿ ਜੇ ਉਹ ਥੋੜ੍ਹਾ ਚਿਰ ਹੀ 2-4 ਸਾਲਾਂ 'ਚ ਵੋਟਾਂ ਪੈ ਗਈਆਂ ਸੀ ਉਦੋਂ, ਵੋਟਾਂ ਉਹਦੇ ਤੁਸੀਂ ਲੈ ਲਓ 3 ਕੁ ਮਹੀਨਿਆਂ ਦਾ ਸਨ ਨਾਲ, ਵੋਟਾਂ ਵਾਟਾਂ ਤਾਂ ਪਈਆਂ ਹੋਈਆਂ ਸੀ। ਅਸੀਂ ਅਰਜਨ ਸਿੰਘ ਭਦੌੜੀਏ ਨੂੰ ਲਿਆਂਦਾ, ਉਹ ਜਿਤਾਇਆ ਵਾ ਸੀ ਸਾਡੀ ਪਾਰਟੀ ਦਾ। ਹਾਂ, ਉਹਨੇ ਹੀ ਮੌਲਵੀ ਨੂੰ ਇੱਧਰ ਆਏ ਨੂੰ ਸਕੂਲ 'ਚੋਂ ਜੀਤ ਨੂੰ, ਅਤੇ ਇੱਕ ਬੰਦਾ ਇਹ ਬੱਸ 'ਤੇ ਚੱਕ ਕੇ, ਅਤੇ ਛੋਟਾ ਹੁੰਦਾ ਹੀ ਚੁਸਤ ਸੀਗਾ, ਅਤੇ ਇੱਧਰ ਨੂੰ ਆ ਗਿਆ, ਮਿਲੈਟਰੀ ਬੈਠੀ ਸੀ ਉੱਥੇ ਉੱਧਰੋਂ, ਅਤੇ ਇੱਥੇ ਹੁਣ ਗਰਜਾ ਆਇਆ ਕਰਕੇ ਉਹ ਮਿਲੈਟਰੀ ਵਾਲਿਆਂ ਕੋਲ ਆ ਗਿਆ। ਉਹ ਅਰੇ ਬੱਚਾ ਇੱਧਰ ਨੂੰ ਆਉਂਦਾ, ਉਹ ਅਰੇ ਇਹਨੂੰ ਪੁੱਛਿਆ, ਇਹ ਆ ਮੈਂ ਉੱਥੇ ਆਇਆ ਕਰਕੇ, ਮੇਰੇ ਤਾਂ ਉੱਥੇ ਪਿੰਡ ਆ ਮੇਰਾ, ਅਤੇ ਮੈਂ ਉੱਥੇ ਆ ਸਾਰੇ। ਉਹਨੇ ਭਾਈ ਉਹ ਆਹਦਾ ਇੱਕ ਸਿਪਾਹੀ ਨੂੰ ਆਹਦਾ ਇਹਨੂੰ ਛੱਡ ਕੇ ਆਓ ਉੱਥੇ। ਹਾਂ, ਉਹ ਇੱਥੇ ਛੱਡਣ ਆ ਗਿਆ, ਅਸੀਂ 40 ਰੁਪਈਏ ਦਿੱਤੇ ਉਹਨੂੰ। ਹਾਂ, ਉਦੋਂ ਇਹ ਲਾ ਕੇ ਆਇਆ 3 ਸਾਲ ਉੱਥੇ, 40 ਦੇ ਤੇ। ਮਗਰ ਸਕੂਲ ਵਾਲਿਆਂ ਨੇ ਰਿਕਾਰਡ ਭੇਜਤਾ ਉਹਦਾ ਵੀ ਬੰਦਾ ਪਾਕਿਸਤਾਨ 'ਚ ਜਾ ਵੜਿਆ। ਉਹ ਫਿਰ ਅਸੀਂ ਉਹ ਅਰਜਨ ਸਿੰਘ ਭਦੌੜੀਏ ਨੂੰ ਫੇਰ ਲਿਆਂਦਾ। ਹਾਂ, ਅਤੇ ਉਹ ਪਹਿਲਾਂ ਇੱਥੇ ਫੜ ਲਿਆ, ਫੜ ਕੇ ਅਤੇ ਅਸੀਂ ਆਖਿਆ ਪੇਸ਼ ਕਰਾਵਾ ਉੱਥੇ ਆ ਜਾਵਾਂਗੇ, ਮੈਂ ਚਲਾਏ ਭੋਡੀਓ ਲਿਆਏ ਘਰ। ਫਿਰ ਉੱਥੇ ਲਿਆ ਕੇ ਉਹ ਆਹਦਾ ਬੱਚਾ ਆਪਦੇ ਮਾਂ ਪਿਓ ਕੋਲ ਆ ਗਿਆ, ਤੇਰਾ ਕੀ ਆ? ਆਹਦਾ ਜੀ ਲੈ ਜਾਓ। ਉਹ ਆਹਦਾ ਇਉਂ ਤਾਂ ਨਹੀਂ, ਰਿਕਾਰਡ ਦੇ ਵਿੱਚ ਸਿੱਟਿਆ ਪਰਚੀ ਜੀ ਪਾੜ ਕੇ, ਉਹਨਾਂ ਨੂੰ ਕਹੇ ਇੱਥੇ ਕੋਈ ਨਹੀਂ ਆਇਆ, ਅਤੇ ਉਹਨੇ ਲਿਖਤਾ ਉਵੇਂ, ਮੁੜ ਕੇ ਗੱਲ ਹੋ ਗਈ। ਇਹ ਪਾਪੜ ਦੇ ਵਿੱਚ ਦੀ ਆਏ ਲੰਘਣਾ, ਇਹਦਾ ਤਾਂ ਇੱਕ ਦਿਨ ਦੀ ਦਿਆ ਨਹੀਂ ਕੁਛ ਕਰਦੀ, ਘੰਟੇ ਇੱਕ ਬੰਦੇ ਦੀ ਕੀਤੀ ਵੀ ਬਾਣੀ ਉਹ ਤੁਹਾਡੇ ਵਸਿਆ ਹੋਊ ਤਾਂ ਦਿਆ ਆਊਗੀ, ਤਾਂ ਆਉਂਦੀ ਨਹੀਂ। ਵਿੱਚ ਵਸੀ ਹੋਵੇ ਫਿਰ ਹਰ ਥਾਂ 'ਤੇ ਆਉਂਦੀ। ਜਿਹੜੇ ਉਹ ਮਕਾਨ 'ਤੇ ਆਏ ਉਹ ਸੀਗੇ 2 ਬੁੜੀਆਂ ਇੱਕ ਬੰਦਾ, ਉਹਨਾਂ ਦੇ ਨਾਂ ਕੀ ਸੀਗੇ? ਬੁੜੀ ਦਾ ਨਾਂ ਜਿਉਣੀ ਸੀ, ਵੱਡੀ ਬੁੜੀ ਨੂੰ ਤਾਂ ਉਹ ਜ਼ਿਆਦਾ ਵੱਡੀ ਸੀ, ਮੈਨੂੰ ਉਹਦੇ ਨਾਂ ਦਾ ਨਹੀਂ ਪਤਾ, ਅਤੇ ਉਹਦਾ ਨਾਂ ਸੱਜਣ ਸੀ। ਹਾਂ, ਸੱਜਣ, ਹਾਂ, ਉਹ ਸਾਡਾ ਫੁੱਫੜ ਲੱਗਦਾ ਸੀ, ਉਹਦੇ ਘਰੋਂ ਸੀ ਜਿਹੜੀ, ਉਹ ਸਾਡੀ ਭੂਆ ਲੱਗਦੀ ਸੀ, ਜਿਉਣੀ ਸੀ ਉਹਦਾ ਨਾਂ। ਹਾਂ, ਦੇਖੋ ਉਹਨਾਂ ਨੂੰ ਉੱਥੇ ਤੱਕ ਅਫਸੋਸ ਹੋਇਆ ਹੈ ਨਾ ਜੀ, ਦੇਖੋ ਕਿ ਹਾਂ, ਜਦੋਂ ਉਹਦਾ ਤਾਂ ਸੁਣ ਲਿਆ ਵੀ ਉਹ ਮਾਰਿਆ ਗਿਆ, ਅਤੇ ਉਹ ਮਕਾਨ ਉੱਥੋਂ ਫੇਰ ਨਾ ਕੇ ਆਈ ਹੈ, ਪਤਾ ਨਹੀਂ ਕਿੱਥੋਂ ਦੀ ਆਈ, ਤੁਸੀਂ ਦੇਖੋ ਤਾਂ ਸਹੀ। ਇਹ ਵੱਡੀ ਘਟਨਾ ਅੱਜ ਤੱਕ ਅਸੀਂ ਸੁਣੀ ਨਹੀਂ ਕਦੇ, ਬਹੁਤ ਵੱਡੀ ਇਹ। ਉਹ ਇਸ ਤਰ੍ਹਾਂ ਜਿਹੜੀ ਸੋਚ ਬਣੀ ਆ, ਕੁਛ ਤਾਂ ਲੰਮੀ ਪੱਧਰ 'ਤੇ ਉਹ ਬਾਤ ਪਾਉਂਦੇ ਰਹੇ ਆ, ਉਹ ਬਾਤ ਆ ਜਿਹੜੀ ਅਗਲੀ ਪੀੜ੍ਹੀ ਤੱਕ ਉਹ ਕਰੰਟ ਕਰਦੀ ਆ ਉਵੇਂ। ਹਾਂ, ਕਰੰਟ ਉਹ ਗੱਲ। ਹਾਂ, ਅੱਛਾ ਬਾਬਾ ਜੀ ਥੋੜ੍ਹੀ ਜਿਹੀ ਗੱਲ ਕਰੀਏ, ਜਿਹੜੇ ਬੰਦੇ ਉੱਧਰ ਚਲ ਗਏ, ਹਾਂ, ਜਦੋਂ ਆਹ ਬੰਦੇ ਤੁਹਾਡੇ ਪਿੰਡ ਵਾਲੇ ਉੱਧਰ ਜਾਂਦੇ ਆ, ਹਾਂ, ਕੋਈ ਤੁਹਾਨੂੰ ਸੁਨੇਹਾ ਮਿਲਦਾ ਜੀ ਉਹਦਾ ਉਹਨਾਂ ਵੱਲੋਂ? ਹਾਂ, ਉਹ ਮੇਰੀ ਜੇਬ 'ਚ ਹੀ ਹੋਣਾ ਫੋਨ ਸੁਲਤਾਨ ਦਾ, ਉਹ ਹੁਣ ਵੱਖਰਾ ਵੀ ਨਾਲੇ ਉਹ ਮੇਰੇ ਅੱਗ ਵੱਧਾ ਪਾਗਲ ਆ, ਅਤੇ ਵੱਖਰਾ ਵੀ ਮੈਨੂੰ ਇੱਥੇ ਫੋਨ ਕਰਦੇ ਆ। ਹਾਂ, ਇਸ ਪਿੰਡ ਤੋਂ ਗਏ ਹੋ? ਹੈਂ, ਜਿਹੜੇ ਇਸ ਪਿੰਡ ਤੋਂ ਗਏ? ਉਹ ਇਸ 'ਚੋਂ ਵੀ ਨਹੀਂ ਸੀਗਾ, ਗਾਂਹ ਦੀ ਗਾਂਹ ਉਹ ਇੱਥੇ ਆ ਕੇ ਗਏ ਆ, ਇੱਧਰ ਖੋ ਕੇ ਗਏ ਆ। ਅੱਛਾ, ਮੈਂ ਉਹਨਾਂ ਨੂੰ ਕਬਰਾਂ ਮਸੀਤਾਂ ਵੀ ਵਿਖਾਈਆਂ ਮੇਰੇ ਨਾਲ ਜਾ ਕੇ। ਹੁਣ ਕਈਆਂ ਦਾ ਭਾਵੇਂ ਕਿਸੇ ਵੀ ਢੰਗ ਦਾ ਕੋਈ ਆਇਆ, ਇੱਕ ਤਾਂ ਸਾਡੇ ਪਿੰਡ ਦਾ ਦੋਤਾ ਸੀ ਕੋਈ, ਅਤੇ ਉਹ ਆਦੇ ਵੀ ਸਾਨੂੰ ਪਿੰਡ ਚੱਲ ਕਬਰਾਂ ਵਿਖਾ, ਅਸੀਂ ਕਬਰਾਂ ਵੀ ਵਿਖਾਈਆਂ, ਸਿਵੇ ਵੀ ਵਿਖਾਏ, ਅਤੇ ਵਖਿਆ ਜੀ ਆ ਅਸੀਂ ਗਰਾਂਟ ਵੀ ਲਈ ਆ। ਹਾਂ, ਭਾਰਤ ਚੋਂ ਭੋਰਾ ਸੀ ਕੋਲ ਦੇ ਇਸ ਬਣੀਓ ਐਪੀ, ਉਹ ਤੋਂ ਅਸੀਂ ਗਰਾਂਟ ਲਈ ਆ ਕਬਰਾਂ ਨੂੰ। ਅਤੇ ਤੁਹਾਡਾ ਵਿਰੋਧ ਕੀਤਾ ਜਦੋਂ ਤੁਸੀਂ ਮੁਸਲਮਾਨਾਂ ਦੀ ਮਦਦ ਕੀਤੀ? ਹਾਂ, ਤੁਹਾਡਾ ਵਿਰੋਧ ਹੋਇਆ? ਪੂਰੇ ਦਰਜੇ ਦਾ ਸੀਗਾ, ਜਿਵੇਂ ਉਹ ਲੁਕਦੇ ਸੀ ਅਸੀਂ ਵੀ ਕਈ ਟਿਕਾਣੇ ਢੰਗ ਲਏ, ਤਾਂ ਮਗਰੋਂ ਆ ਕੇ ਜਦੋਂ ਗੱਲ ਨੇੜੇ ਗੱਲ ਚੱਲ ਪਈ ਦੂਜੂ, ਫਿਰ ਕੋਈ ਗੱਲ ਘੱਟ ਗਈ, ਜਦੋਂ ਪਤਾ ਲੱਗਿਆ ਵੀ ਉੱਧਰੋਂ ਵੀ ਬੰਦੇ ਆਉਂਦੇ ਆ,
ਇੱਧਰਲੀ ਪਾਰਟੀ ਆ ਸਾਰੀ, ਅਸਲਾ ਸਾਰਿਆਂ ਕੋਲ, ਅਸਲਾ ਉਦੋਂ ਆਮ ਸੀ, ਅਸਲਾ ਤਾਂ ਜ਼ਿਆਦਾ ਸੀ ਇੱਥੇ ਇੰਨਾ, ਪੰਜਾਬ 'ਚ ਤਾਂ ਰੌਂਦ ਵੀ ਨਹੀਂ ਸੀ ਇੱਥੇ ਆਉਂਦਾ, ਅਸੀਂ ਕੋਠਿਓਂ ਲੈ ਕੇ ਆਏ ਹਾਂ ਉਦੋਂ, ਆਹ ਵੀ ਗੱਲ ਰਹਿ ਗਈ ਸੀ, ਕੋਠਿਓਂ ਲਏ ਆ ਰਾਜਸਥਾਨ 'ਚੋਂ ਆਉਂਦੇ ਹੋਏ ਜਦੋਂ ਛੱਡਣ ਗਏ ਹਾਂ। ਇਹ ਜਦੋਂ ਮੌਲਵੀ ਸਾਹਿਬ ਵਾਪਸ ਆ ਗਏ ਫਿਰ ਤੁਸੀਂ ਸੰਭਾਲੇ? ਉਹ ਫਿਰ ਅਸੀਂ ਲਿਆਂਦਾ ਜਾ ਕੇ, ਉਹ ਤਾਂ ਫਿਰ ਸਾਹਮਣਾ ਕਿਹੜਾ ਸੀ, ਵਾਹਵਾ ਤਕੜਾ ਸੀਗਾ, ਕੰਮ ਕਰਦਾ ਸੀ ਪੂਰਾ ਹੀ, ਹਾਂ ਸੰਭਾਲਿਆ ਸੀ ਬੁਲਿਆ ਵਾਲੀ ਗੱਲ ਨਹੀਂ ਕੋਈ ਸੀ, ਹਾਂ ਹਾਂ ਐਵੇਂ ਸਾਂਭਿਆ ਸੀ ਅਸੀਂ। ਅੱਛਾ ਕੀਤਾ ਨਹੀਂ, ਵੈਸੇ ਉਹਨਾਂ ਨੂੰ ਖਤਰਾ ਸੀਗਾ ਹੋਰ ਲੋਕਾਂ ਤੋਂ? ਹੈਂ ਖਤਰਾ ਤਾਂ ਹੋਣਾ ਆ, ਹਾਂ ਮੌਲਵੀ ਹੋਣਾ ਨੂੰ ਜਾਂ ਉਹਨਾਂ ਦੀ ਫੈਮਿਲੀ ਨੂੰ ਖਤਰਾ ਤਾਂ ਹੋਣਾ ਆ, ਕੋਈ ਮਾਰ ਨਾ ਜਾਵੇ। ਥੋੜ੍ਹੇ ਜਿਹੇ ਦਿਨ ਲੁਕੋ ਕੇ ਰੱਖੇ ਸੀ ਇੱਕ ਚੁਬਾਰੇ 'ਚ, ਜਦੋਂ ਹਨੇਰੀ ਟਲ ਗਈ ਫਿਰ ਅਸੀਂ ਬਾਹਰ ਕੱਢ ਲਏ। ਥੋੜ੍ਹੇ ਜਿਹੇ ਦਿਨ ਪਈ ਸੀ ਉਹ ਵੀ ਇਉਂ ਪਈ ਵੀ ਉਹ ਮਰ ਗਿਆ ਕਰਕੇ ਨਹੀਂ, ਸਾਡੇ ਪਿੰਡ 'ਚ ਨਹੀਂ ਸੀ ਕੋਈ, ਉਹ ਬੰਦਾ ਹੀ ਇਸ ਤੇ ਸੀ ਬੰਤ ਚੱਠਾ ਜਿਹੜਾ, ਜਿਹੜੇ ਨੇਕ ਬੰਦਿਆਂ ਦੇ ਲਫਜ਼ ਨਾ ਦੇਸ਼ 'ਚ ਰਾਜ ਵਾਲੇ, ਉਹਨਾਂ ਦੇ ਲਫਜ਼ ਵੀ ਨੇਕ ਆਖਣੇ ਗੁਨਾਹ ਨੇ, ਨਾ ਕੋਈ ਧਰਮ ਵੇਖੋ ਅਤੇ ਨਾ ਕੋਈ, ਤੁਸੀਂ ਆਖੋਗੇ ਵੀ ਇਹ ਬੁੜਾ ਜਿਹਾ ਅਨਪੜ੍ਹ ਜੱਟ ਹੈ। ਨਹੀਂ ਨਹੀਂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹਾਂ ਚਲੋ ਜੀ, ਫਿਰ ਮਿਲਾਂਗੇ ਕਿਤੇ। ਅੱਛਾ ਜੀ, ਸ਼ੁਕਰੀਆ ਜੀ। ਹਾਂ ਧੰਨਵਾਦ, ਮਿਹਰਬਾਨੀ ਜੀ, ਠੀਕ ਹੈ।